ਹੁਣ ਇੱਕ ਅਨੁਸ਼ਾਸਨਹੀਨ ਲੀਡਰ ਨੂੰ ਵਾਪਸ ਕਿਉਂ ਬੁਲਾਉਣਾ ਚਾਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਬਾਪ ਦੀ ਜਾਇਦਾਦ ਨਹੀਂ ਹੈ ਇਹ ਅਕਾਲ ਪੁਰਖ ਨੇ ਸਿੱਖਾਂ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਤੇ ਦੀ ਸਿਰਜਣਾ ਕਰਾਈ ਹੈ ਹੁਣ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਹੁਣਾ ਨੇ ਮਾਫੀ ਮੰਗੀ ਉਥੇ ਸੰਗਤ ਤੋਂ ਕੀ ਬੇਅਦਬੀਆਂ ਤੇ ਦੂਸ਼ੀਆਂ ਨੂੰ ਅਸੀਂ ਪੜ ਨਹੀਂ ਸਕੇ ਸਾਨੂੰ ਸਮਝ ਮਿਲ ਪਾਇਆ ਅਸੀਂ ਸੰਗਤ ਤੋਂ ਮਾਫੀ ਮੰਗਦੇ ਹਾਂ ਬਰਕਰਾਰ ਵੱਲੋਂ ਜਾਂ ਸੋਸ਼ਲ ਮੀਡੀਆ ਵਿੱਚੋਂ ਇਹ ਖਬਰ ਗਈ ਕਿ ਬਾਦਲ ਸਾਹਿਬ ਨੇ ਸ਼੍ਰੀ ਅਕਾਲ ਤਾ ਸਰਬ ਤੇ ਮਾਫੀ ਮੰਗ ਲਈ ਹੂੰ ਉਹ ਨਹੀਂ ਮੈਨੂੰ ਸਵੀਕਾਰ ਚਰਚਾਵਾਂ ਨੇ ਕਿ ਅਕਾਲੀ ਦਲ ਤੇ ਬੀਜੇਪੀ ਦਾ ਦੁਬਾਰਾ ਗੱਠ ਜੋੜ ਹੋ ਰਿਹਾ ਕੁਝ ਸਮੇਂ ਦੇ ਵਿੱਚ ਇਹ ਗੱਠ ਜੋੜ ਹੋ ਜਾਏਗਾ ਬੀ ਸਿੰਘ ਬਾਦਲ ਕਿਤੇ ਸਪੀਚ ਦੇ ਵਿੱਚ ਇਹ ਬੋਲਦੇ ਨੇ ਕੀ ਜਿਹੜੀ ਕੇਂਦਰ ਹੈਗਾ ਵਾ ਉਹ ਸਾਡੀਆਂ ਸਿਕ ਸੰਸਥਾਵਾਂ ਨੂੰ ਕਮਜ਼ੋਰ ਕਰ ਰਿਹਾ ਹੈਗਾ ਸਾਡੀ ਗੁਰਦੁਆਰਾ ਕਮੇਟੀਆਂ ਨੂੰ ਤੋੜਿਆ ਜਾ ਰਿਹਾ ਕਮਜ਼ੋਰ ਕੀਤਾ ਜਾ ਰਿਹਾ ਹੈ ਕੈਨੇ ਆਪਾਂ ਕਿਸੇ ਨੂੰ ਆ ਕਮਜ਼ੋਰ ਅਸੀਂ ਹੋਏ ਪਏ ਤਾਕਤ ਸਾਡੇ ਵਿੱਚ ਨਹੀਂ ਰਹੀ ਇੱਕ ਤਾਂ ਸਾਡੇ ਵਿੱਚ ਨਹੀਂ ਰਹੀ ਕੌਮ ਅਸੀਂ ਸਾਰੀ ਦੁਖੀ ਕਰ ਲਈ ਕੌਮ ਅਸੀਂ ਸਾਰੀ ਨਾਰਾਜ਼ ਕਰ ਲਈ ਤੇ ਕਿੱਦਾਂ ਸਾਰਾ ਹੱਲ ਹੋਏਗਾ ਬੀਬੀ ਜਗੀਰ ਕੌਰ ਹੁਣਾਂ ਨੇ ਵਾਪਸ ਜਾਣਾ ਹੋਵੇ ਤੇ ਕੀ ਤੁਹਾਡਾ ਝੁੰਦਾ ਕਮੇਟੀ ਦੀ ਰਿਪੋਰਟ ਤੇ ਸਟੈਂਡ ਉਹੀ ਹੋਏਗਾ ਮੈਂ ਝੁੰਦਾ ਕਮੇਟੀ ਕਰਕੇ ਨਹੀਂ ਬਾਹਰ ਆਇਆ ਮੈਚ ਹੁੰਦਾ ਕਮੇਟੀ ਕਰਕੇ ਨਹੀਂ ਉੱਥੇ ਸਜਾ ਦਿੱਤੇ ਸੀ ਸਤਿ ਸ੍ਰੀ ਅਕਾਲ ਦਿਨਿਕ ਸਵੇਰਾ ਪੋਡਕਾਸਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਪਮਿਲ ਪਾਟਿਆ ਸਿਆਸਤ ਦੇ ਵਿੱਚ ਨਾ ਤਾਂ ਕਦੇ ਕੋਈ ਪੱਕਾ ਦੋਸਤ ਹੁੰਦਾ ਹੈ ਨਾ ਪੱਕਾ ਵਿਰੋਧੀ ਇਹ ਸਥਿਤੀ ਹੁਣ ਨਜ਼ਰ ਆ ਰਹੀ ਹੈ ਸ਼ਰਮਨੀ ਅਕਾਲੀ ਦਲ ਵੱਲ ਦੇਖ ਕੇ ਜਿਹੜੇ ਹੁਣ ਆਪਣੇ ਸਾਰੇ ਪੁਰਾਣੇ ਸਿਪਾਸਲਾਰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਾਲ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰਤ ਵਿੰਗ ਦੇ ਜਿਹੜੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਅਨੁਸ਼ਾਸਨਹੀਨ ਕਹਿ ਕੇ ਪਾਰਟੀ ਚੋਂ ਕੱਢਿਆ ਗਿਆ ਸੀ ਹੁਣ ਪੂਰੀ ਪਾਰਟੀ ਜ਼ੋਰ ਲਾ ਰਹੀ ਹੈ ਕਿ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਲਿਆਂਦਾ ਜਾਵੇ ਚਰਚਾਵਾਂ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਤੇ ਪਾਰਟੀ ਦੇ ਹੋਰ ਲੀਡਰਾਂ ਨੇ ਬੀਬੀ ਜਗੀਰ ਕੌਰ ਹੁਣਾਂ ਦੇ ਨਾਲ ਦੁਬਾਰਾ ਸੰਪਰਕ ਕੀਤਾ ਪਰ ਫਿਲਹਾਲ ਬੀਬੀ ਜਗੀਰ ਕੌਰ ਪਾਰਟੀ ਚ ਵਾਪਸ ਜਾਣ گی ਜਾਂ ਨਹੀਂ ਇਹਦੇ ਬਾਰੇ ਸਥਿਤੀ ਸਪਸ਼ਟ ਨਹੀਂ ਹੋ ਪਾਈ ਹੈ ਪਰ 1 ਸਾਲ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਸੁਖਬੀਰ ਸਿੰਘ ਬਾਦਲ ਦੇ ਲਈ ਤੇ ਬੀਬੀ ਜਗੀਰ ਕੌਰ ਦੇ ਲਈ ਐਸਾ ਕੀ ਬਦਲਿਆ ਕਿ ਇੱਕ ਅਨੁਸ਼ਾਸਨਹੀਣ ਲੀਡਰ ਨੂੰ ਪਾਰਟੀ ਦੇ ਵਿੱਚ ਵਾਪਸ ਲਿਆ ਜਾਏ ਜਾਂ ਪਾਰਟੀ ਦੇ ਵਿੱਚ ਵੀ ਲੀਡਰ ਵਾਪਸ ਜਾਣ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਇਸਤਰੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਾਫ ਕਾਮੰਤਰੀ ਬੀਬੀ ਜਗੀਰ ਕੌਰ ਬੀਬੀ ਜੀ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੀਬੀ ਜੀ ਸਭ ਤੋਂ ਪਹਿਲਾਂ ਚਰਚਾਵਾਂ ਬਹੁਤ ਜ਼ਿਆਦੀਆਂ ਨੇ ਕਿ ਬੀਬੀ ਜਗੀਰ ਕੌਰ ਦੇ ਨਾਲ ਸੁਖਬੀਰ ਬਾਦਲ ਨੇ ਸੰਪਰਕ ਕੀਤਾ ਪਾਰਟੀ ਦੇ ਲੀਡਰਾਂ ਨੇ ਸੰਪਰਕ ਕੀਤਾ ਹੁਣ ਇੱਕ ਅਨੁਸ਼ਾਸਨਹੀਨ ਲੀਡਰ ਨੂੰ ਵਾਪਸ ਕਿਉਂ ਬੁਲਾਉਣਾ ਚਾਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੀਬੀ ਜਗੀਰ ਕੌਰ ਦੇ ਕੋਲ ਅਸੀਂ ਕਿਹੜੀ ਵਜ੍ਹਾ ਵਾਪਸ ਜਾਣ ਦੀ ਪਹਿਲਾਂ ਤੇ ਤੁਸੀਂ ਸ਼ਬਦ ਜਿਹੜਾ ਕਿ ਅਨੁਸ਼ਾਸਨਹੀਨ ਹੂੰ ਇਹਦਾ ਮੈਂ ਦੁਨੀਆਂ ਦੇ ਲੋਕਾਂ ਕੋਲ ਹੀ ਪੁੱਛਣਾ ਚਾਹਨੀ ਹੈ ਕਿ ਮੈਂ ਕਦੀ ਜ਼ਿੰਦਗੀ 'ਚ ਕਿਤੇ ਵੀ ਅਨੁਸ਼ਾਸਨ ਪੰਗ ਕੀਤਾ ਹੋਵੇ ਇਹ ਤੁਹਾਡੀ ਡਿਸਪਲਿਨਰੀ ਕਮੇਟੀ ਦਾ ਸ਼ਬਦ ਸੀਗਾ ਮੇਰਾ ਸ਼ਬਦ ਨਹੀਂ ਹੈ ਮੈਂ ਇਹੀ ਤੇ ਕਹਿਣ ਲੱਗੀ ਆ ਕਿ ਜੇ ਉਹਨਾਂ ਨੇ ਇਹ ਮੇਰੇ ਤੋਂ ਉਸ ਵੇਲੇ ਅਲੀਗੇਸ਼ਨ ਲਾਇਆ ਹੋਊਗਾ ਤੇ ਮੈਨੂੰ ਇਹ ਨਹੀਂ ਦੱਸਿਆ ਕਿ ਮੈਂ ਅਨੁਸ਼ਾਸਨ ਭੰਗ ਕਿੱਥੇ ਕੀਤਾ ਹਮ ਪਾਰਟੀ ਨੇ ਕਿਤੇ ਕੋਈ ਕੰਮ ਕੀਤਾ ਪਾਰਟੀ ਨੇ ਕਿਤੇ ਕੋਈ ਡਿਊਟੀ ਲਈ ਹੈ ਦਿੱਲੀ ਹੋਵੇ ਹਰਿਆਣਾ ਹੋਵੇ ਜਾਂ ਕਿਤੇ ਰਾਜਸਥਾਨ ਚ ਹੋਵੇ ਜਾਂ ਕਿਸੇ ਵੀ ਥਾਂ ਦੇ ਉੱਤੇ ਕੋਈ ਰੈਲੀ ਹੋਵੇ ਕੋਈ ਜਲਸਾ ਹੋਵੇ ਕੋਈ ਮੀਟਿੰਗ ਹੋਵੇ ਕੋਈ ਕਿਸੇ ਕਿਸਮ ਦੀ ਸਾਡੀ ਪਾਰਟੀ ਵੱਲੋਂ ਕੋਈ ਪ੍ਰੋਗਰਾਮ ਲਿਖਿਆ ਗਿਆ ਹੋਵੇ ਕਿਸੇ ਮੀਟਿੰਗ ਵਿੱਚ ਜਾਂ ਕਿਸੇ ਥਾਂ ਦੇ ਉੱਤੇ ਵੀ ਲੋੜ ਪਈ ਹੈ ਤੇ ਮੇਰਾ ਖਿਆਲ ਹੈ ਕਿ ਇੱਕ ਜ਼ਗੀਰ ਕੌਰੀ ਸੀ ਜਿਹਨੇ ਸਭ ਤੋਂ ਵੱਧ ਤਨਦੇਈ ਦੇ ਨਾਲ ਸੇਵਾ ਜੁਟ ਕੇ ਕੀਤੀ ਹੈ ਤੇ ਮੈਂ ਸਮਝਦੀ ਹਾਂ ਕਿ ਉਹਨਾਂ ਨੇ ਮੈਨੂੰ ਦੱਸਣਾ ਚਾਹੀਦਾ ਸੀ ਕਿ ਮੈਂ ਅਨੁਸ਼ਾਸਨ ਭੰਗ ਕਿੱਥੇ ਕੀਤਾ ਜੇ ਮੈਂ ਉਹਨਾਂ ਨੂੰ ਗੱਲ ਕਰਕੇ ਆਈਆਂ ਸੁਝਾਅ ਦੇ ਕੇ ਆਈਆਂ ਤੇ ਰਾਤ ਨੂੰ ਮੈਂ ਘਰ ਆਈਆਂ ਤੇ ਸਵੇਰੇ ਮੈਨੂੰ ਸਸਪੈਂਡ ਕਰ ਦਿੰਦੇ ਐ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਇਹੀ ਮੇਰਾ ਸਵਾਲ ਹੈ ਅੱਜ ਬੀਬੀ ਜਗੀਰ ਕੌਰ ਦੀ ਸ਼ਰਮਣੀ ਅਕਾਲੀ ਦਲ ਨੂੰ ਕਿਉਂ ਲੋੜ ਹੈ ਤੇ ਬੀਬੀ ਜਗੀਰ ਕੌਰ ਨੂੰ ਉਨ੍ਹਾਂ ਨੂੰ ਸ਼ਰਮਣੀ ਅਕਾਲੀ ਦਲ ਦੀ ਕਿਉਂ ਲੋੜ ਹੈਗੀ ਹੈ ਜਿਨ੍ਹਾਂ ਨੂੰ ਅਨੁਸ਼ਾਸਨਹੀਨ ਕਿਹਾ ਹੋਵੇ ਸਨ 88 ਦੇ ਵਿੱਚ ਮੈਂ ਤਕਰੀਬਨ 88 ਤੋਂ ਸਰਗਰਮ ਹੋਈ ਹਾਂ 88 ਤੋਂ ਲੈ ਕੇ ਅੱਜ ਤੱਕ ਮੈਂ ਸਾਰੀ ਜ਼ਿੰਦਗੀ ਜਿੰਨੀ ਮੇਰੀ ਹੈ ਤਕਰੀਬਨ ਤੁਸੀਂ ਲਾ ਲਓ 88 ਤੋਂ ਲੈ ਕੇ ਅੱਜ ਤੱਕ ਕਿੰਨੇ ਸਾਲ ਬਣ ਜਾਂਦੇ ਹੈ ਉਨ ਸਾਰੇ ਸਮੇਂ ਦੇ ਵਿੱਚ ਮੈਂ ਸ਼੍ਰੋਮਣੀ ਅਕਾਲੀ ਦਲ 32 33 ਸਾਲ 32 33 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ 27 ਸਾਲ ਮੈਨੂੰ ਸ਼੍ਰੋਮਣੀ ਕਮੇਟੀ ਚੋ ਗਿਆ। ਔਰ ਜਿੰਨੀਆਂ ਵੀ ਚੋਣਾਂ ਲੜੀਆਂ 6 ਚੋਣਾਂ 5 ਲੋਕਾਾਂ ਜਾਂ ਐਮਪੀ ਦੀ ਚੋਣ ਜਿੱਤੀ ਹੈ ਜਾਂ ਹਾਰੀ ਹੈ ਉਹ ਸਾਰੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ। ਹੂੰ ਫਿਰ ਉਸ ਤੋਂ ਬਾਅਦ ਕੋਈ ਸੰਘਰਸ਼ ਆ ਗਿਆ। ਉਹਨਾਂ ਸਾਰੇ ਸੰਘਰਸ਼ਾਂ ਵਿੱਚ ਲਗਾਤਾਰ ਮੈਂ ਰਹਿੰਗੇ। ਮੈਂ ਸਭੀ ਦੀ ਹੈ ਕਿ ਜਿਸ ਵਿਅਕਤੀ ਦਾ ਇੱਡਾ ਵੱਡਾ ਪਿਸ਼ੋਕਰ ਹੋਵੇ ਜਿਸ ਵਿਅਕਤੀ ਨੇ ਸਾਰੀ ਜ਼ਿੰਦਗੀ ਆਪਣੀ ਗੁਣਤੀ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਲਈ ਹੋਵੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਕਿਦਾਂ ਹੋ ਸਕਦਾ ਇਹਨਾਂ ਨੇ ਜਦੋਂ ਉਸ ਵੇਲੇ ਕਿਹਾ ਤੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਚੋਂ ਮੈਨੂੰ ਬਾਹਰ ਕੱਢਿਆ ਮੈਨੂੰ ਅਫਸੋਸ ਇਸ ਗੱਲ ਦਾ ਨਾ ਮੇਰੀ ਕੋਈ ਉੱਥੇ ਕੋਰ ਕਮੇਟੀ ਦੀ ਮੰਗ ਸੀ ਨਾ ਮੇਰੀ ਕੋਈ ਉੱਥੇ ਵਰਕਿੰਗ ਕਮੇਟੀ ਦੀ ਮੰਗ ਸੀ ਨਾ ਮੇਰੀ ਸ਼੍ਰੋਮਣੀ ਕਾਲ ਦਲ ਦੀ ਪ੍ਰਧਾਨਗੀ ਦੀ ਮੰਗ ਸੀ ਨਾ ਸ਼੍ਰੋਮਣੀ ਨਾ ਇਸਤਰੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਮੰਗ ਸੀ ਮੈਂ ਤੇ ਕੋਈ ਮੰਗ ਹੀ ਨਹੀਂ ਸੀ ਰੱਖੀ ਉੱਥੇ ਤੇ ਇਹਨਾਂ ਨੂੰ ਗੁੱਸਾ ਕਾਦਾ ਸੀ ਸ਼ੋਮਨੀ ਅਕਾਲੀ ਦਲ 'ਚ ਸ਼ੋਮਨੀ ਅਕਾਲੀ ਦਲ 'ਚ ਤੇ ਮੈਂ ਕੋਈ ਵਗਿਆ ਨਹੀਂ ਸੀ ਕੀਤੀ ਉਹਨਾਂ ਨੂੰ ਗੁੱਸਾ ਇਹ ਸੀਗਾ ਕਿ ਬੀਬੀ ਜਗੀਰ ਕੌਰ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਲੜਨਾ ਚਾਹੁੰਦੇ ਆ ਜਿਸ ਨੂੰ ਸੁਖਬੀਰ ਬਾਦਲ ਰਾਜ਼ੀ ਨਹੀਂ ਹੈਗੇ ਸੀ ਔਰ ਤੁਸੀਂ ਆਜ਼ਾਦ ਚੋਣ ਲੜ ਗਏ ਔਰ ਉਦੋਂ ਤੁਹਾਡੇ ਬਾਰੇ ਇਹ ਕਿਹਾ ਗਿਆ ਕਿ ਬੀਬੀ ਜਗੀਰ ਕੌਰ ਕਿਸੇ ਫਲਾ ਪੋਲਿਟੀਕਲ ਪਾਰਟੀ ਦੇ ਪਿੱਛੇ ਲੱਗ ਕੇ ਸਾਡੀਆਂ ਸਿੱਖ ਸੰਸਥਾਵਾਂ ਨੂੰ ਖਰਾਬ ਕਰਨਾ ਚਾਹੁੰਦੇ ਨੇ ਜਾਂ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਹ ਗੁੱਸਾ ਸੀਗਾ ਤੁਹਾਡੇ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਮੈਂ ਲਗਾਤਾਰ ਸਾਲ ਉਥੇ 26 27 ਸਾਲ ਤੋਂ ਐ ਹਮ ਉਥੇ ਜਿਹੜੀ ਸਿੱਖ ਕੌਮ ਵਰਡ ਵਿੱਚ ਹਜ ਫੈਲੀ ਹੋਈ ਹੈ ਔਰ ਸਾਰੀਆਂ ਪਾਰਟੀਆਂ ਵਿੱਚ ਫੈਲ ਗਈ ਹੈ ਸਾਰੀ ਸਿੱਖ ਕੌਮ ਦੇ ਇਤਰਾਜ਼ ਸਨ ਕੁਝ ਜਿਹੜੇ ਮੈਂ ਉਥੇ ਸੁਣਦੀ ਹੁੰਦੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੋਲੀਟੀਕਲ ਬਹੁਤ ਇੰਟਰਫੀਰੈਂਸ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਜਿਆਦਾ ਇੰਟਰਫੀਅਰੈਂਸ ਹੋਣਾ ਇਸ ਵੇਲੇ ਸਾਡਾ ਪੋਲੀਟੀਕਲੀ ਜਿੱਥੇ ਨੁਕਸਾਨ ਹੋ ਰਿਹਾ ਇਹ ਸੰਸਥਾ ਕਮਜ਼ੋਰ ਹੋ ਰਹੀ ਹੈ ਸ਼੍ਰੋਮਣੀ ਕਮੇਟੀ ਚ ਸ਼੍ਰੋਮਣੀ ਗੁਰਦਾਰਾ ਪਰੰਤਕ ਕਮੇਟੀ ਚ ਉਹ ਸਾਰੀਆਂ ਗੱਲਾਂ ਮੈਂ ਇਹਨਾਂ ਨੂੰ ਦੱਸਿਆ ਕਿ ਉੱਥੇ ਇਹ ਗੱਲ ਹੈ ਫਿਰ ਮੈਂ ਮੈਂਬਰਾਂ ਦੇ ਨਾਲ ਦੇਖੋ ਇੱਕ ਦਿਨ ਉਹਨਾਂ ਨੇ ਜਿਹੜੀ ਗੱਲ ਦਾ ਗੁੱਸਾ ਕੀਤਾ ਮੈਂ ਮੈਂਬਰਸ ਨੂੰ ਕਿਉਂਕਿ ਮੈਂਬਰਸ ਮੇਰੇ ਨਾਲ 27 ਸਾਲ ਤੋਂ ਬੜਾ ਪਿਆਰ ਹੋ ਜਾਂਦਾ ਹੈ ਹਰ ਮੈਂਬਰ ਨਾਲ ਪਰਿਵਾਰਕ ਰਿਸ਼ਤਾ ਹੀ ਬਣ ਜਾਂਦਾ ਹੈ ਮੈਂ ਉਹਨਾਂ ਨੂੰ ਇਕੱਲੇ-ਇਕੱਲੇ ਨੂੰ ਟੈਲੀਫੋਨ ਤੇ ਪੁੱਛਿਆ ਕਿ ਜੇ ਅੱਜ ਚੈਨਲ ਇਲੈਕਸ਼ਨ ਆ ਆਪਾਂ ਦਾ ਕੀ ਲੱਗਦਾ ਕਿ ਕਾਮਯਾਬੀ ਕਿੱਦਾਂ ਹੋਗੀ ਹਰ ਇੱਕ ਦੇ ਮਨ 'ਚ ਇੱਕ ਗੱਲ ਸੀ ਕਿ ਸਾਡੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਜੇ ਬਾਦਲ ਸਾਹਿਬ ਕੈਂਡੀਡੇਟ ਜੇ ਖਿਲਾਰਦੇ ਐ ਸਾਡਾ ਬਹੁਤ ਮੁਸ਼ਕਲ ਹੈ ਜਿੱਤਣਾ ਅਸੀਂ ਬਹੁਤ ਨੁਕਸਾਨ ਪਾਵਾਂਗੇ ਸਾਨੂੰ ਅੱਜ ਤੋਂ ਸੁਧਾਰ ਕਰਨੇ ਚਾਹੀਦੇ ਐ ਸਾਨੂੰ ਥੋੜਾ ਜਿਹਾ ਉੱਥੋਂ ਡਿਸਟੈਂਸ ਬਣਾ ਲੈਣਾ ਚਾਹੀਦਾ ਤਾਂ ਜੋ ਲੋਕਾਂ ਦੇ ਮਨਾਂ 'ਚ ਜਿਹੜਾ ਸਾਡੇ ਪ੍ਰਤੀ ਗੁੱਸਾ ਆਇਆ ਜਾਂ ਸਾਡੇ 'ਤੇ ਕਈ ਐਲੀਗੇਸ਼ਨ ਪਿੱਛੇ ਲੱਗੇ ਸੀਗੇ ਉਹ ਰਾਮ ਰਹੀਮ ਦਾ ਕਹਿ ਲੋ ਜਾਂ ਕੋਈ ਵਿਅਦਵੀ ਦੀ ਗੱਲ ਦਾ ਕਹਿ ਲੋ ਉਸ ਗੱਲ ਦਾ ਗੁੱਸਾ ਸਿੱਖ ਸੰਗਤ ਚ ਬਹੁਤ ਸੀ ਹੂੰ ਉਸ ਸਿੱਖ ਸੰਗਤ ਦਾ ਗੁੱਸਾ ਸਾਡਾ ਸਾਰਾ ਨਿਕਲਣਾ ਸੀ ਸ਼੍ਰੋਮਣੀ ਗੁਰਦਾਰਾ ਪਰੰਦਰ ਕਮੇਟੀ ਦੇ ਉੱਤੇ ਹੂੰ ਉਹਦਾ ਨੁਕਸਾਨ ਕਿਨੂੰ ਹੋਣਾ ਸੀਗਾ ਸ਼੍ਰੋਮਣੀ ਕਾਲੀ ਦਲ ਨੂੰ ਵੀ ਹੋਣਾ ਸੀ ਪੰਥ ਨੂੰ ਵੀ ਹੋਣਾ ਸੀ ਇਹ ਸਚਾਈ ਹੈ ਕਿ ਤਕਰੀਬਨ 80 82 ਮੈਂਬਰਾਂ ਨੇ ਮੈਨੂੰ ਇਹ ਗੱਲ ਕਹੀ ਮੈਂ ਸਾਰੇ ਮੈਂਬਰਾਂ ਨੂੰ ਕਿਉਂਕਿ ਮੇਰੇ ਨਾਲ ਉਹਨਾਂ ਦਾ ਨਿੱਜੀ ਤੌਰ ਤੇ ਰਾਸਤਾ ਰਿਹਾ ਜਿਹੜੇ ਮੈਂਬਰ ਗੁੱਸੇ ਹੋ ਕੇ ਇਹਨਾਂ ਗੱਲਾਂ ਤੋਂ ਵਿਅਦਵੀ ਤੋਂ ਤੇ ਰਾਮ ਰਹੀਮ ਦੀ ਮਾਫੀ ਤੋਂ ਜਿਹੜੇ ਉਹ ਮੈਂਬਰ ਢੀਂਡਸਾ ਸਾਹਿਬ ਦੇ ਨਾਲ ਜਾ ਕੇ ਖੜੇ ਹੋ ਗਏ ਉਹਨਾਂ ਮੈਂਬਰਾਂ ਨੂੰ ਵੀ ਮੇਰੀ ਗੱਲ ਸੀ ਕਰਦੀ ਸੀ ਤੇ ਉਹ ਮੇਰੀ ਫੰਕਸ਼ਨਿੰਗ ਤੇ ਕਿਉਂਕਿ ਮੇਰੇ ਤੇ ਖੁਸ਼ ਜਗੇ ਰਾਜੀ ਸੀਗੇ ਕਿ ਤੁਸੀਂ ਜੋ ਫੰਕਸ਼ਨਿੰਗ ਕਰਦੇ ਹੋ ਤੁਸੀਂ ਸਭ ਨੂੰ ਬਰਾਬਰ ਦਾ ਸਤਕਾਰ ਦਿੰਦੇ ਹੋ ਮੈਂ ਇਹ ਸੋਚਦੀ ਸੀ ਇਹ ਮੈਂਬਰ ਨੇ ਵੀ ਸਾਨੂੰ ਪਾੜਾ ਨਹੀਂ ਪੋਣਾ ਚਾਹੀਦਾ ਉਹ ਵੀ ਮੈਨੂੰ ਕਹਿਣ ਲੱਗੇ ਕਿ ਬੀਬੀ ਜੀ ਵੀ ਬਹੁਤ ਔਖਾ ਤੇ ਮੈਂ ਕਿਹਾ ਜੇ ਇੱਥੇ ਆਪਾਂ ਤੁਸੀਂ ਗਰੁੱਪ ਨਾ ਬਣਾਓ ਜੇ ਗਰੁੱਪ ਨਾ ਬਣਾਓ ਤੇ ਆਪਾਂ ਇਕੱਠੇ ਹੋ ਕੇ ਕੰਮ ਕਰੀਏ ਉੱਥੇ ਤੇ ਮੈਂ ਕਿਹਾ ਜੇ ਮੈਂ ਬਾਦਲ ਸਾਹਿਬ ਨੂੰ ਕਹਾ ਕਿ ਐਦ ਕੀ ਜੇ ਕੋਸ਼ਿਸ਼ ਕਰਨ ਤੇ ਮੈਨੂੰ ਸੇਵਾ ਦਾ ਮੌਕਾ ਦੇਣ ਤੁਸੀਂ ਮੇਰੇ ਨਾਲ ਤੁਰੋਗੇ ਇਕੱਠੇ ਹੋ ਕੇ ਮਤਲਬ ਜਿਹੜੇ ਢੀਂਟ ਸਾਹਿਬ ਨਾਲ ਗਏ ਸੀ 15-20 ਮੈਂਬਰ ਉਹ ਕਹਿਣ ਲੱਗੇ ਜੀ ਜੇ ਤੁਸੀਂ ਆਓਗੇ ਤੇ ਅਸੀਂ ਸਰਬਸੰਮਤੀ ਕਰ ਲਾਂਗੇ ਜਿਹੜੀ ਸਚਾਈ ਦੀ ਗੱਲ ਮੈਂ ਇਹ ਬਾਦਲ ਸਾਹਿਬ ਦੇ ਨਾਲ ਗੱਲ ਕੀਤੀ ਮੈਂ ਕਿਹਾ ਬਾਦਲ ਸਾਹਿਬ ਵੀ ਇਸ ਤਰ੍ਹਾਂ ਆਵਾਜ਼ ਆਈ ਹੈ ਜੇ ਤੁਸੀਂ ਹੁਕਮ ਕਰੋ ਤੇ ਮੈਂ ਕਰੋਨਾ ਵਿੱਚ ਕੰਮ ਕਰਦੀ ਰਹੀ ਪਿਛਲੀ ਵਾਰੀ ਕਿਸਾਨ ਮੋਰਚਾ ਲੱਗਾ ਰਿਹਾ ਮੈਨੂੰ ਬਹੁਤ ਸਾਰੀ ਰੀਜ ਹੈ ਕਿ ਕਈ ਐਸੇ ਕੰਮ ਹੈ ਜਿਹੜੇ ਮੈਂ ਉਸ ਵੇਲੇ ਪੂਰੇ ਨਹੀਂ ਕਰ ਸਕੀ ਜੇ ਸੇਵਾ ਦਾ ਮੌਕਾ ਦਿਓ ਤੇ ਮੈਂ ਉਹਨਾਂ ਨੂੰ ਪੂਰੇ ਕਰ ਸਕਾਂ ਤੇ ਦੂਜੀ ਗੱਲ ਹੈ ਕਿ ਜਿਹੜੇ ਬੰਦੇ ਢੀਂਡਸਾ ਸਾਹਿਬ ਦੇ ਨਾਲ ਇਸ ਵੇਲੇ ਤੁਰੇ ਹੈ ਉਹ ਮੈਂਬਰ ਤੇ ਸਾਡੇ ਹੀ ਹੈ ਟਿਕਟਾ ਤੁਸੀਂ ਦਿੱਤੀਆਂ ਸੀ 11 ਸਾਲ ਪਹਿਲਾਂ ਤੇ ਉਹ ਮੈਂਬਰਾਂ ਨੂੰ ਵੀ ਆਪਾਂ ਖੁਸ਼ ਕਰ ਲਈਏ ਤੇ ਆਪਾਂ ਦੀ ਸਰਬਸੰਮਤੀ ਹੋ ਸਕਦੀ ਹੈ ਮੈਨੂੰ ਕਹਿੰਦੇ ਕਿ ਤੁਸੀਂ ਮੈਂਬਰਾਂ ਨੂੰ ਫੋਨ ਕਿਉਂ ਕੀਤੇ ਮੈਂ ਕਿਹਬਾਲ ਸਾਹਿਬ ਹਾਂ ਜੀ ਮੈਂ ਕਿ ਮੈਂਬਰ ਤੇ ਸਾਡੇ ਹੀ ਹੈ ਮੈਂਬਰ ਤੇ ਸਾਡੇ ਹੀ ਹੈ ਜੇ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਵੀ ਆਪਾਂ ਫੋਨ ਨਹੀਂ ਕਰਨਾ ਤੇ ਸਾਨੂੰ ਇੰਨਾ ਵੀ ਹੱਕ ਨਹੀਂ ਕਿ ਅਸੀਂ ਉਸ ਸੰਸਥਾ ਦੀ ਵਿਚਾਰਧਾਰਾ ਵਿਚਾਰ ਜਿਹੜੀ ਹੈ ਉਹ ਇਕੱਠੀ ਕਰ ਸਕੀਏ ਤੇ ਉਹਦੀ ਫੀਡਬੈਕ ਲਿਆ ਕੇ ਮੈਂ ਤੁਹਾਨੂੰ ਦੇ ਸਕਾਂ ਤੇ ਫਿਰ ਅਸੀਂ ਕਾਦੇ ਲੀਡਰ ਹੋਏ ਵਿੱਚ ਅਸੀਂ ਆਗੂ ਕਾਦੀਆਂ ਫਿਰ ਤੇ ਲੋੜ ਹੀ ਨਹੀਂ ਫਿਰ ਮੈਂ ਕਾਦੀਆਂ ਪ੍ਰਧਾਨਗੀ ਕੀਤੀ ਹੋਈਆਂ ਤੇ ਮੇਰੇ ਤੁਹਾਨੂੰ ਤੁਹਾਡੀ ਮਜ਼ਬੂਤੀ ਵਾਸਤੇ ਕਹਿ ਰਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਮਜ਼ਬੂਤ ਹੋ ਸਕਦਾ ਤੁਸੀਂ ਥੋੜਾ ਜਿਹਾ ਡਿਸਟੈਂਸ ਇਦਾਂ ਬਣਾ ਲਓ ਕਿ ਜਿਹੜਾ ਤੁਸੀਂ ਸਮੁੰਦਰੀ ਹਾਲ ਦੇ ਮਾਸਟਰ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਾ ਕੇ ਇੱਕ ਦਿਨ ਪਹਿਲਾਂ ਤੁਸੀਂ ਉੱਥੇ ਜਦੋਂ ਅਧਿਕਾਰ ਲੈਣੇ ਹੋ ਨਾ ਉਹ ਬੜਾ ਨੈਗੇਟਿਵ ਜਾਂਦਾ ਹੈ ਉੱਥੇ ਅਧਿਕਾਰ ਜੋ ਲੈਣੇ ਉਹ ਨੈਗੇਟਿਵ ਜਾਂਦਾ ਤੇ ਸਾਨੂੰ ਸਾਰੇ ਲੋਕ ਫਿਰ ਕਹਿਣ ਲੱਗੇ ਕਿਹੜਾ ਸਵੇਰੇ ਪ੍ਰਧਾਨ ਬਣੇਗਾ ਹੁਣ ਤੇ ਅਧਿਕਾਰ ਚੱਲ ਗਏ ਹੁਣ ਤੇ ਬਾਦਲ ਸਾਹਿਬ ਨੇ ਜਿਹੜਾ ਕਹਿਣਾ ਉਹੀ ਬਣੇ ਤੇ 1 ਵਜੇ ਸਾਨੂੰ ਐਗਜੈਕਟ ਜਾ ਕੇ ਪਤਾ ਲੱਗਦਾ ਤੇ ਉਹ ਸਿਸਟਮ ਆਪਾਂ ਚੇਂਜ ਕਰ ਲਈਏ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਨੇ ਤੁਹਾਨੂੰ ਫੋਨ ਕੀਤਾ ਕੀ ਗੱਲ ਹੋਈ ਤੁਹਾਡੀ ਸੁਖਬੀਰ ਬਾਦਲ ਉਹਨਾਂ ਦੇ ਨਾਲ ਹੁਣ ਕਿਹਾ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਵੀ ਪਹਿਲੇ ਤੇ ਤੁਸੀਂ ਮੈਨੂੰ ਬਿਨਾਂ ਦੱਸੇ ਪਾਰਟੀ ਚੋਂ ਕੱਢ ਦਿੱਤਾ ਅਨੁਸ਼ਾਸਨਹੀਨ ਕਹਿ ਕੇ ਹੁਣ ਕਿਉਂ ਚਾਹੁੰਦੇ ਹੋ ਵਾਪਸ ਮੈਨੂੰ ਗੱਲ ਕੀ ਹੋਈ ਤੁਹਾਡੀ ਪਹਿਲਾਂ ਲੀਡਰਾਂ ਨੇ ਕੀਤਾ ਜੀ ਬਟ ਇਹ ਸੀਨੀਅਰ ਸਾਰੇ ਲੀਡਰ ਠੀਕ ਦੋ ਲੀਡਰਾਂ ਨੇ ਬੈਕ ਮੀਟਿੰਗ ਵੀ ਬੰਨਾ ਕੀਤੀ ਹੂੰ ਫਿਰ ਮਤਲਬ ਪੰਜ ਛੇ ਲੀਡਰਾਂ ਦੇ ਟੈਲੀਫੋਨ ਆ ਗਏ ਕੁਦਰਤੀ ਤੌਰ ਦੇ ਉੱਤੇ ਫਿਰ ਬਾਦਲ ਸਾਹਿਬ ਦਾ ਮੈਨੂੰ ਫੋਨ ਆ ਗਿਆ ਕਿਉਂਕਿ ਫੋਨ ਤੇ ਮੈਂ ਚੱਕਣਾ ਹੀ ਹੁੰਦਾ ਕਿਸੇ ਦਾ ਵੀ ਮੈਂ ਕਿਹੜੀ ਕੋਈ ਕੰਮ ਚ ਛੇਕੀ ਹੋਈ ਹੈ ਹੂੰ ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ ਜਦੋਂ ਕਿਹਾ ਕਿ ਬੀਬੀ ਜੀ ਕੰਮ ਆਵਾਜ਼ ਮਾਰਦੀ ਹੈ ਅੱਛਾ ਸ਼ਬਦ ਜਿਹੜੇ ਉਹਨਾਂ ਦੇ ਸੀਗੇ ਮੈਂ ਕਿਹਾ ਜੀ ਮੈਂ ਕੋਈ ਕੰਮ ਚ ਛੇਕੀ ਹੋਈ ਹੈ ਮੈਂ ਤੇ ਕੌਮਚੀ ਰਹਿਣੀ ਹੈ। ਰੋਜ਼ ਕੌਮਚੀ ਹੋਈਦਾ। ਹੂੰ। ਦੱਸੋ ਹੁਕਮ। ਮੱਸਾ ਜੋ ਵਾਪਸ ਆ ਜਾਓ। ਮੈਂ ਕਿਹਾ ਮੈਂ ਗਈ ਕਿੱਥੇ ਆ। ਅਕਾਲੀ ਹਾਂ। ਅਕਾਲੀ ਜੰਮੀ, ਅਕਾਲੀ ਰਹਿਣਾ, ਅਕਾਲੀ ਮਰਨਾ। ਹੂੰ। ਤੁਸੀਂ ਮੈਨੂੰ ਕੱਢਿਆ, ਮੈਂ ਨਹੀਂ ਛੱਡਿਆ। ਹੂੰ। ਅਕਾਲੀ ਦਲ ਦਾ ਇੱਕ ਵਾਰੀ ਵੀ ਨੂੰ ਕੋਈ ਕੈਦ ਵੀ ਕਿ ਮੈਂ ਆਪਣੀ ਜ਼ੁਬਾਨ ਚ ਇੱਕ ਗੱਲ ਜਰੂਰ ਕਹੀ ਸੀ। ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਬਾਪ ਦੀ ਜਾਇਦਾਦ ਨਹੀਂ ਹੈ। ਇਹ ਅਕਾਲ ਪੁਰਖ ਨੇ ਸਿੱਖਾਂ ਕੋਲੋਂ ਸ਼੍ਰੀ ਕਾਤਰ ਸਾਹਿਬ ਦੇ ਉੱਤੇ ਇਹਦੀ ਸਿਰਜਣਾ ਕਰਾਈ ਹੈ। ਹੂੰ ਮੈਂ ਇਹਦੀ ਅਕਾਲੀ ਸ਼ਬਦ ਇੱਕ ਸੋਚ ਹੈ, ਇੱਕ ਵਿਚਾਰ ਤਾਰਾ ਹੈ। ਇੱਕ ਕੁਰਬਾਨੀ ਵਿੱਚ ਨਿਕਲੀ ਹੈ। ਸੁਖਬੀਰ ਬਾਦਲ ਨੇ ਕੀ ਕਿਹਾ ਆਪਰਾ ਸੀ? ਮੈਂ ਕਿਹਾ ਤੁਸੀਂ ਮੈਨੂੰ ਕੱਢਿਆ ਹੋਇਆ ਹੈ ਇਹ ਤੁਸੀਂ ਦੇਖਣਾ। ਮੈਂ ਤੇ ਅਕਾਲੀ ਹਾਂ ਤੇ ਅਕਾਲੀ ਕੰਮ ਕਰਦੇ ਹਾਂ। ਠੀਕ ਹੈ ਦੇ ਸੁਖਬੀਰ ਬਾਦਲ। ਕਹਿੰਦੇ ਜਿੱਦਾਂ ਤੁਸੀਂ ਕਹੋਗੇ ਕੋਈ ਨਹੀਂ ਕਰ ਲਾਂਗੇ। ਮੈਂ ਕਿਹਾ ਜੀ ਮੈਂ ਕਿਉਂ ਕਵਾਂ? ਹੂੰ ਇਹ ਤੁਹਾਡੀ ਸੋਚ ਹੈ। ਮੈਂ ਤੇ ਪਹਿਲੇ ਹੀ ਕੱਲ ਦਲ ਚ ਕੰਮ ਕਰ ਰਹੀ ਹਾਂ। ਜਿੱਤੇ ਮੈਂ ਛੱਡਿਆ ਫੇ ਦੱਸੂ। ਹੂੰ بس ਇਹ ਗੱਲ ਹੋਈ ਸੁਖਬੀਰ ਬਾਦਲ ਹੁਣਾਂ ਨੇ ਤੁਹਾਡਾ ਮਨ ਹੈਗਾ ਵਾਪਸ ਜਾਂਦਾ ਪਾਰਟੀ ਚ ਕਿਉਂਕਿ ਇੱਕ ਕਾਗਜ਼ੀ ਤੌਰ ਤੇ ਤੇ ਤੁਹਾਨੂੰ ਪਾਰਟੀ ਚੋਂ ਕੱਢਿਆ ਗਿਆ ਜੇ ਬਿਆਨ ਆ ਜਾਂਦਾ ਕਿ ਅਸੀਂ ਬੀਬੀ ਜਗੀਰ ਕੌਰ ਹੁਣਾਂ ਨੂੰ ਵਾਪਸ ਲੈ ਰਹੇ ਹਾਂ ਜਿਹੜੇ ਪਹਿਲਾਂ ਇੱਕ ਨਿਰਦੇਸ਼ ਕੱਢੇ ਗਏ ਸੀਗੇ ਕਿ ਬੀਬੀ ਜਗੀਰ ਕੌਰ ਅਨੁਸ਼ਾਸਨਹੀਨ ਨੇ ਪਾਰਟੀ ਚੋਂ ਕੱਢਿਆ ਗਿਆ ਹੁਣ ਅਸੀਂ ਉਹਨਾਂ ਨੂੰ ਸਨਮਾਨ ਸਹਿਤ ਵਾਪਸ ਲੈ ਲੈਂਦੇ ਹਾਂ ਵਾਪਸ ਜਾਓਗੇ ਹੁਣ ਮੇਰੀ ਲੜਾਈ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਸੰਬੰਧ ਵਿੱਚ ਹੂੰ ਉਹਦੀ ਸੁਪਰਮੇਸੀ ਮੈਂ ਅੱਜ ਵੀ ਜਤਨ ਕਰਾਂਗੀ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਦਾ ਸੁਪਰਮੇਸੀ ਰਹੇ ਸ਼੍ਰੋਮਣੀ ਅਕਾਲੀ ਦਲ ਉਸ ਦਾ ਇੱਕ ਅੰਗ ਹੈ ਇਹ ਟਾਸਕ ਫੋਰਸ ਬਣ ਕੇ ਸੰਘਰਸ਼ ਕਰਦੀ ਹੈ ਕਿ ਉਹਦੀਆਂ ਪਰੰਪਰਾਵਾਂ ਉਹਦੀ ਅਮਰਿਆਦਾ ਉਹਦਾ ਸਿਧਾਂਤ ਠੇਸ ਨਾ ਪਹੁੰਚੇ ਪੰਜਾਬ ਦੇ ਹਿੱਤਾਂ ਨੂੰ ਕਦੇ ਨੁਕਸਾਨ ਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਉਸ ਲਈ ਸੰਘਰਸ਼ ਕਰਦੀ ਹੈ ਤੇ ਜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਿਤੇ ਸਿਧਾਂਤ ਨੂੰ ਛੱਟ ਵੱਜਦੀ ਹੈ ਤੇ ਮੈਂ ਬਰਦਾਸ਼ਤ ਨਹੀਂ ਕਰਾਂਗੀ ਮੈਂ ਅੱਜ ਵੀ ਮੈਂ ਉਹਨਾਂ ਨੂੰ ਕਹਿੰਦਾ ਦੇਖੋ ਤੁਸੀਂ ਮੈਨੂੰ ਕੱਢਿਆ ਇਹ ਤੁਸੀਂ ਜਾਣੋ ਇਹ ਤੁਸੀਂ ਜਾਣੋ ਵੀਰ ਬਾਦਲ ਹੁਣਾਈ ਇਹ ਗੱਲ ਕਰਨ ਦੇ ਨੇ ਕਿ ਬੀਬੀ ਜਗੀਰ ਕੌਰ ਉਹਨਾਂ ਨੂੰ ਬਾਹਰ ਕੱਢਣਾ ਸਾਡੀ ਗਲਤੀ ਸੀਗੀ ਫਿਰ ਵਾਪਸ ਆ ਸਕਦੇ ਉਹ ਕੀ ਕਹਿੰਦੇ ਆ ਮੈਂ ਕੀ ਕਹਨੀ ਆ ਗੱਲ ਇਹ ਹੈ ਕਿ ਉਹ ਅਹਿਸਾਸ ਕਰਦੇ ਆ ਉਹ ਮਹਿਸੂਸ ਕਰਦੇ ਆ ਉਹ ਮੈਨੂੰ ਚਾਹਦੇ ਆ ਜੇ ਉਹ ਚਾਹਦੇ ਹੋਣਗੇ ਤੇ ਮੈਂ ਇਹ ਗੱਲ ਜਰੂਰ ਉਹਨਾਂ ਨਾਲ ਕਰਾਂਗੀ ਕਿ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੀ ਅਕਾਲ ਤਰਸਵ ਇਸ ਦੇ ਵਾਸਤੇ ਲੋਕਾਂ ਨੇ ਸਾਨੂੰ ਆਪਣੀਆਂ ਵੋਟਾਂ ਪਾ ਕੇ ਆਪਣੀ ਮਤ ਦਾ ਦਾਨ ਕਰਕੇ ਉੱਥੇ ਭੇਜਿਓਏ ਹੈ ਕਿ ਅਸੀਂ ਸਾਰੇ ਸ਼੍ਰੋਮਣੀ ਕਮੇਟੀ ਇੱਕ ਇੱਕ ਸਟੋਰੀਡੀਆਂ ਦੇ ਤੌਰ ਦੇ ਉੱਤੇ ਲੋਕੀ ਸੰਨ ਚੁੰਦੇ ਮੈਂਬਰਾਂ ਨੂੰ ਅਸੀਂ ਉੱਥੇ ਜਾ ਕੇ ਸਾਰਿਆਂ ਨੇ ਉਹਦੀ ਸਿਧਾਂਤਤਾ ਦੀ ਰਾਖੀ ਕਰਨੀ ਹੁੰਦੀ ਹੈ ਉਹਦੇ ਐਡਮਿਨਿਸਟ੍ਰੇਸ਼ਨ ਦੀ ਦੇਖਣਾ ਹੁੰਦਾ ਹੈ ਉਹਦੇ ਪ੍ਰਚਾਰ ਪ੍ਰਸਾਰ ਨੂੰ ਦੇਖਣਾ ਹੁੰਦਾ ਹੈ ਮੇਰਾ ਹਮੇਸ਼ਾ ਇਹ ਰਹੇਗਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੋਵੇ ਜਾਂ ਸ਼੍ਰੀ ਅਕਾਲ ਤਾਰ ਸਾਹਿਬ ਹੋਵੇ ਮੈਂ ਸ਼੍ਰੋਮਣੀ ਅਕਾਲੀ ਦਲ ਹੋਵੇ ਜਿੱਥੇ ਮੈਂ ਡਿਸਪਲਿਨ ਚ ਰਹਾਂਗੀ ਮੈਂ ਸਿਧਾਂਤ ਵਿੱਚ ਰਹਾਂਗੀ ਉੱਥੇ ਮੈਂ ਹਮੇਸ਼ਾ ਉਹਦੀ ਪਹਿਰੇਦਾਰ ਬਣ ਕੇ ਰਹਾਂਗੀ ਕਿ ਮੈਂ ਉਹਨਾਂ ਨੂੰ ਠੇਸ ਨਾ ਪਹੁੰਚਦਾ ਜੇ ਉਹਨਾਂ ਨੂੰ ਇਸ ਗੱਲ ਤੇ ਮੈਨੂੰ ਕੱਢਿਆ ਸੀ ਤੇ ਫਿਰ ਮੈਨੂੰ ਕਿ ਮੈਂ ਬਰਦਾਸ਼ਤ ਕਰ ਸਕਦੇ ਆ ਮੈਨੂੰ ਇਸ ਗੱਲ ਦੀ ਸੱਜਮੇ ਨਹੀਂ ਆਂਦੀ ਇਦਾਂ ਤੇ ਨਹੀਂ ਹੈਗਾ ਕਿ ਕਿ ਤੁਹਾਨੂੰ ਜਿਸ ਸਮੇ SGPC ਦਾ ਇਲੈਕਸ਼ਨ ਨਹੀਂ ਲੜਨ ਦਿੱਤਾ ਗਿਆ ਹੁਣ ਅੱਗੇ ਲੋਕ ਸਭਾ ਦੀਆਂ ਇਲੈਕਸ਼ਨਸ ਹੈਗੀਆਂ ਨੇ ਕਿਤੇ ਇਦਾਂ ਤੇ ਨਹੀਂ ਕਿ ਲੱਗਦਾ ਤੁਹਾਨੂੰ ਕਿਤੇ ਕੋਈ ਖਬਰ ਜਾਣਕਾਰੀ ਹੋਵੇ ਕਿ ਕਿਤੇ ਅਕਾਲੀ ਦਲ ਚਾਹੁੰਦਾ ਤੇ ਨਹੀਂ ਵੀ ਬੀਬੀ ਜਗੀਰ ਕੌਰ ਉਹਨਾਂ ਨੂੰ ਵਾਪਸ ਲਿਆਓ ਕਿਤੇ ਲੋਕ ਸਭਾ ਕੈਂਡੀਡੇਟ ਹੀ ਬਣਾ ਦਿਆ ਮੇਰਾ ਕੋਈ ਇੰਟਰਸਟ ਨਹੀਂ ਹੁੰਦਾ ਜੀ ਮੈਂ ਤਾਂ ਸੱਚੀ ਦੱਸਾਂ ਜੀ ਮੈਂ ਕਦੀ ਚੋਣਾਂ ਲਈ ਟਿਕਟ ਹੀ ਨਹੀਂ ਮੰਗੀ ਪਿਛਲੀ ਵਾਰ ਵੀ ਇਹਨਾਂ ਨੇ ਖਡੂਰ ਸਾਹਿਬ ਮੈਨੂੰ ਭੇਜਿਆ ਔਰ ਜਿਸ ਧੰਗ ਨਾਲ ਪੇਜਾ ਬਾਦਲ ਸਾਹਿਬ ਨੂੰ ਵੀ ਪਤਾ ਪ੍ਰਧਾਨ ਸਾਹਿਬ ਨੂੰ ਵੀ ਔਰ ਬੜੇ ਦੁੱਖ ਦੀ ਗੱਲ ਹੈ ਕਿ ਉੱਥੇ ਮੈਂ ਕੱਲੀ ਐਫਰਟਸ ਕਰਕੇ 315000 ਵੋਟ ਲੈ ਕੇ ਆਈ ਤੁਸੀਂ ਕਿਹਾ ਵੀ ਅਕਾਲੀ ਦਲ ਨੂੰ ਤੁਸੀਂ ਸਲਾਹ ਦਿੱਤੀ ਸੀ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਕਿ ਸਾਨੂੰ ਇੱਕ ਇੱਕ ਕਦਮ ਪਿੱਛੇ ਹਟਣਾ ਚਾਹੀਦਾ ਜਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਸਾਡੇ ਤੋਂ ਨਾਰਾਜ਼ਗੀ ਹੈਗੀ ਹੈ ਹੁਣ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਮਾਫੀ ਮੰਗੀ ਉਥੇ ਸੰਗਤ ਤੋਂ ਕੀ ਬੇਅਦਬੀਆਂ ਦੇ ਦੋਸ਼ਿਆਂ ਨੂੰ ਅਸੀਂ ਪੜ ਨਹੀਂ ਸਕੇ ਸਾਨੂੰ ਸਮਾਂ ਨਹੀਂ ਮਿਲ ਪਾਇਆ ਅਸੀਂ ਸੰਗਤ ਤੋਂ ਮਾਫੀ ਮੰਗਦੇ ਹਾਂ ਤੁਸੀਂ ਇਸ ਮਾਫੀ ਨੂੰ ਕਿਵੇਂ ਦੇਖਦੇ ਹੈਗੇ ਹੋ ਜੋ ਨਾਰਾਜ਼ਗੀ ਸੀਗੀ ਤੁਹਾਨੂੰ ਲੱਗਦਾ ਕਿ ਇਸ ਮਾਫੀ ਦੇ ਨਾਲ ਦੂਰ ਹੋ ਜੇਗੀ ਹਾਲਾਂਕਿ ਉਹ ਮਾਫੀ ਨੂੰ ਲੈ ਕੇ ਬੜੇ ਤਰ੍ਹਾਂ ਦੇ ਕਮੈਂਟ ਸੋਸ਼ਲ ਮੀਡੀਆ ਤੇ ਵੀ ਚੱਲ ਰਹੇ ਨੇ ਵੈਸੇ ਤੇ ਮੈਂ ਇਹਦਾ ਬੜਾ ਸਪਸ਼ਟ ਅੱਗੇ ਕਹਿ ਬੈਠੀ ਹਾਂ ਬਹੁਤ ਸਾਰੇ ਚੈਨਲਸ ਨੇ ਮੈਨੂੰ ਸਵਾਲ ਪੁੱਛਿਆ ਸੀ ਹਾਂ ਸਾਡੇ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਇੱਕ ਨਾਂ ਦਾ ਇੱਕ ਵੱਡਾ ਹਾਲ ਬਣਿਆ ਹੋਇਆ ਹਮ ਆਲੇ ਦੋਲੇ ਵੀ ਕਮਰੇ ਬਣੇ ਆ ਜਿੱਥੇ ਸਾਰੇ ਸੰਗਤਾਂ ਦੇ ਖੰਡ ਪਾਟ ਸਾਹਿਬ ਹੁੰਦੇ ਹਮ ਹਰ ਸਾਲ ਅਸੀਂ ਉੱਥੇ ਖੰਡ ਪਾਟ ਸਾਹਿਬ ਕਰਾਉਂਦੇ ਹਾਂ 100 ਸਾਲ ਜਦੋਂ ਐਸੀ ਸ਼ਤਾਬਦੀ ਤੋਂ ਲੈ ਕੇ ਹਮ ਉੱਥੇ ਖੰਡ ਪਾਟ ਸਾਹਿਬ ਕਰਾਏ ਆ ਉੱਥੇ ਸਾਰੇ ਵਰਕਰ ਇਕੱਠੇ ਹੁੰਦੇ ਸ਼੍ਰੋਮਣੀ ਕਾਲੀ ਦਲ ਦੇ ਉੱਥੇ ਇਹ ਵੀ ਇਤਿਹਾਸ ਰਿਹਾ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਕਦੀ ਬੋਲਦੇ ਨਹੀਂ ਹੁੰਦੇ ਉੱਥੇ ਲੈਕਚਰ ਸਿਆਸੀ ਨਹੀਂ ਕਦੀ ਕੀਤਾ ਜਾਂਦਾ ਹੂੰ ਕਦੀ ਵੀ ਪੰਥਕ ਇਕੱਠ ਕਰਨਾ ਹੋਵੇ ਨਾ ਜਾਂ ਕਦੀ ਵੀ ਕੋਈ ਉਥੋਂ ਸੰਦੇਸ਼ ਦੇਣਾ ਹੋਵੇ ਪ੍ਰਧਾਨ ਨੇ ਤੇ ਉਹ ਹਮੇਸ਼ਾ ਹੀ ਮੰਜੀ ਸਾਹਿਬ ਗੁਰਦੁਆਰਾ ਦੀਵਾਨ ਹਾਲ ਦੇ ਵਿੱਚ ਉਹ ਵੀ ਇਹਨਾਂ ਨੇ ਚਲੋ ਕਰ ਲਿਆ ਉਹ ਵੀ ਆਪਣੀ ਮਰਜ਼ੀ ਵੀ ਕਰ ਲੈਂਦੇ ਨੇ ਕਿ ਜਦੋਂ ਜੋ ਚਾਹੇ ਉਹ ਕਰ ਲਈਏ ਅਸੀਂ ਉੱਥੇ ਦੀ ਇੱਥੇ ਪਰੰਪਰਾਵਾਂ ਰਹਿ ਹੀ ਨਹੀਂ ਜਾਂਦੀਆਂ ਹੂੰ ਉਹ ਜਦੋਂ ਹੋਇਆ ਤੇ ਇਹਨਾਂ ਨੇ ਉੱਥੇ ਲੈਕਚਰ ਕੀਤਾ ਲੰਬਾ ਚੌੜਾ ਹੂੰ ਸਾਰੇ ਨੇ ਸੁਣਿਆ ਚਲੋ ਮੈਂ ਉਹਨੂੰ ਦੁਹਰਾਣਾ ਨਹੀਂ ਹੂੰ ਅੰਤ ਵਿੱਚ ਇਹਨਾਂ ਨੇ ਕਿਹਾ ਕਿ ਸਾਡੇ ਕੋਲੋਂ ਸਰਕਾਰ ਵੱਲੇ ਜਾਂ ਸਰਕਾਰ ਤੋਂ ਬਾਹਰ ਕਈ ਗਲਤੀਆਂ ਹੋ ਗਈਆਂ ਉਹਨਗੀਆਂ ਮਾਫੀ ਮੰਗਦੇ ਆ ਇਹ ਤਾਂ ਇੱਕ ਹਰ ਬੁਲਾਰੇ ਦਾ ਇੱਕ ਪੈਟ ਸ਼ਬਦ ਹੁੰਦੇ ਆ ਕਿ ਉਹਨਾਂ ਨੇ ਬੋਲ ਕੇ ਆਪਣਾ ਕਹਿਣਾ ਹੀ ਹੁੰਦਾ ਹੂੰ ਹੁਣ ਜਦੋਂ ਉਸ ਤੋਂ ਬਾਅਦ ਇੱਕ ਤੇ ਜਕਾਰੇ ਛੱਡੇ ਉੱਥੇ ਜਦੋਂ ਦੂਜੀ ਗੱਲ ਹੈ ਕਿ ਵਰਕਰਾਂ ਵੱਲੋਂ ਜਾਂ ਸੋਸ਼ਲ ਮੀਡੀਆ ਵਿੱਚੋਂ ਇਹ ਖਬਰ ਗਈ ਕਿ ਬਾਦਲ ਸਾਹਿਬ ਨੇ ਸ਼੍ਰੀ ਅਕਾਲ ਤਾ ਸਾਬ ਤੇ ਮਾਫੀ ਮੰਗ ਲਈ ਹੂੰ ਉਹ ਨੇ ਮੈਨੂੰ ਸਵੀਕਾਰ ਹੂੰ ਉਹਨਾਂ ਨੇ ਉੱਥੇ ਸ਼ਬਦ ਮਾਫੀ ਦੇ ਕਹੇ ਉੱਥੇ ਸਰਦਾਰ ਪ੍ਰਕਾਸ਼ ਸੇ ਬਾਦਲ ਦੇ ਭੋਗ ਤੇ ਵੀ ਉਸੇ ਤਰ੍ਹਾਂ ਕਹੇ ਸੀ ਠੀਕ ਉਸ ਭੋਗ ਤੇ ਵੀ ਮੰਗੀ ਸੀ ਨਾ ਮਾਫੀ ਠੀਕ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਸੀ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਸੀ ਉੱਥੇ ਵੀ ਸੰਗਤ ਸੀ ਇੱਥੇ ਵੀ ਸੰਗਤ ਸੀ ਉਹਦਾ ਤੇ ਇਹਦਾ ਕੀ ਫਰਕ ਹੋਇਆ ਫਰਕ ਤੇ ਨਹੀਂ ਨਾ ਕੋਈ ਵੀ ਹੋਇਆ ਹੂੰ ਹੁਣ ਇਹ ਗੱਲ ਕਹਿ ਦੇਣੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲਈ ਹੂੰ ਇਸ ਗੱਲ ਦਾ ਮੈਨੂੰ ਇਤਰਾਜ਼ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਇਹਨੂੰ ਰਲੋਣਾ ਨਹੀਂ ਚਾਹੀਦਾ ਉਹਦੀ ਪਰੰਪਰਾ ਉਹਦੀ ਵਿਧੀ ਵਿਵਧਾਨ ਉਹਦੇ ਸਿਧਾਂਤਕ ਉਹ ਹੋਰ ਫੈਸਲਾ ਅਕਾਲ ਤਖਤ ਸਾਹਿਬ ਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਿਉਂਕਿ ਉੱਥੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਿਧਾਂਤ ਬੋਲਣਾ ਹੈ ਹਮ ਉੱਥੇ ਮਾਫੀ ਆਦੇਸ਼ ਉੱਥੋਂ ਦਿੱਤਾ ਜਾਣਾ ਉਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਖਤ ਜਿਹੜਾ ਨਾ ਪੰਜ ਸਿੰਘ ਸਾਹਿਬਾਨ ਬੈਠ ਕੇ ਉੱਥੇ ਸਾਰੀ ਚਰਚਾ ਕਰਦੇ ਆ ਵਿਚਾਰ ਚਰਚਾ ਉਹਦਾ ਜੋ ਫਲਸੂਰੂਪ ਹੁੰਦਾ ਹੈ ਉਥੋਂ ਆਦੇਸ਼ ਦਿੱਤਾ ਜਾਂਦਾ ਹੈ ਹਾਂ ਤੇ ਇਹਨਾਂ ਨੇ ਫਿਰ ਸੁਣਨਾ ਹੁੰਦਾ ਹੁਣ ਉਥੇ ਇਹ ਗੱਲ ਕਹਿ ਕੇ ਸੁਣਿਆ ਕਹਿੰਦੇ ਆ ਤੇ ਅੱਗੋਂ ਆਦੇਸ਼ ਕਹਿੰਦੇ ਦਿੱਤਾ ਹੁਣ ਉਹ ਆਦੇਸ਼ ਦੇ ਵਿੱਚ ਤਖਤ ਦਾ ਜਥੇਦਾਰ ਐਜ਼ ਅ ਮੈਨ ਨਹੀਂ ਬੋਲਣਾ ਐਜ਼ ਅ ਮਨੁੱਖ ਉਹ ਨਹੀਂ ਬੋਲਣਾ ਉਥੋਂ ਤਖਤ ਦਾ ਸਿਧਾਂਤ ਬੋਲਣਾ ਤਖਤ ਦੀ ਮਰਿਆਦਾ ਬੋਲਣੀ ਤਖਤ ਦਾ ਵਿਧੀ ਵਿਵਧਾਨ ਬੋਲਣਾ ਸੋ ਉਸ ਗੱਲ ਨੂੰ ਅਸੀਂ ਇਹਨਾਂ ਨਹੀਂ ਰਲਾ ਸਕਦੇ ਜੇ ਇਹ ਗੱਲ ਕਹੇ ਕੋਈ ਮੈਂ ਇਹ ਗੱਲ ਕਹਿੰਨੀ ਹੈ ਸਾਫ਼ ਜੇ ਇਹ ਗੱਲ ਵੀ ਕੋਈ ਕਹਿੰਦਾ ਮੈਕੈਨਿਕ ਇਹ ਵੀ ਇੱਕ ਸਾਡੇ ਖਿਲਾਫ ਜਾਂਦੀ ਹੈ ਗੱਲ ਇਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਖਿਲਾਫ ਜਾਂਦੀ ਹੈ ਗੱਲ ਕਿਸ ਤਰ੍ਹਾਂ ਇਸ ਗੱਲ ਨੂੰ ਸਮਝਣਾ ਚਾਹੀਦਾ ਉਹਨਾਂ ਨੂੰ ਫਿਰ ਸੰਗਤ ਦੇ ਮਨ ਚਾਹੂਗਾ ਵੀ ਇਹ ਵੀ ਇਹਨਾਂ ਨੇ ਇੱਕ ਚੇਂਜ ਕਰ ਦਿੱਤੀ ਸਾਰੀ ਰੀਤੀ ਰਿਵਾਜ ਸਾਡੇ ਰੀਤ ਹੀ ਬਦਲ ਦਿੱਤੀ ਮਤਲਬ ਕਿ ਆ ਜੀ ਗਿਧ ਵਿਦਵਾਨ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ ਗਈ ਹੈ ਪਰ ਮੰਗੀ ਨਹੀਂ ਸਗੀ ਅਕਾਲ ਤਖਤ ਸਾਹਿਬ ਜਿਹੜਾ ਕਹਤਾ ਸਾਹਿਬ ਤੱਕ ਮਰਿਆਦਾ ਫਾਲੋ ਹਾ ਜਿੰਚਰ ਮਰਿਆਦਾ ਨਾ ਫਾਲੋ ਇਹ ਸਾਡੇ ਸਦਾ ਦੀ ਨਜ਼ਰ ਮੈਂ ਇਸ ਲਈ ਪੁੱਛ ਰਿਹਾ ਤੁਸੀਂ ਗੁਰੂ ਜੀ ਮੇਰੇ ਅਨਸਾਰ ਇਹਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਫੀ ਮੰਗੀ ਇਹ ਨਹੀਂ ਕਹਿਣਾ ਚਾਹੀਦਾ ਇਹ ਕਹੋ ਵੀ ਅਸੀਂ ਆਪਣੇ ਪਾਰਟੀ ਦੇ ਵਰਕਰਾਂ ਤੋਂ ਕਿਉਂਕਿ ਮੇਰੇ ਮੇਰੇ ਅੰਦਰ ਦੇ ਬਲਬਲੇ ਸੀ ਮੈਂ ਉੱਥੇ ਭੋਗ ਅੰਡਪਾਟ ਸਾਹਿਬ ਦਾ ਜਦ ਪਿਆ ਮੈਂ ਉੱਥੇ ਬੋਲਿਆ ਮੇਰੀ ਅੰਦਰਲੀ ਭਾਵਨਾ ਸੀ ਮੈਂ ਜ਼ਾਰ ਕੀਤੀ ਹਮ ਅਗਲੀ ਕਾ ਸ਼ਰਮਨੀ ਅਕਾਲੀ ਦਲ ਹੁਣ ਪੰਥਕ ਪੋਲਿਟਿਕਸ ਵਾਲ ਮੁਰਦਾ ਹੋਇਆ ਨਜ਼ਰ ਆ ਰਿਹਾ ਜਿਸ ਤਰ੍ਹਾਂ ਯੂਥ ਅਕਾਲੀ ਦਲ ਨੇ ਪ੍ਰੋਗਰਾਮ ਸ਼ੁਰੂ ਕੀਤੀ ਹੈ ਮੇਰੀ ਦਸਤਾਰ ਮੇਰੀ ਸ਼ਾਨ ਅਮਰਿਸ਼ ਛਕੋਣਾ ਸ਼ੁਰੂ ਕੀਤਾ ਇਸੇ ਤਰ੍ਹਾਂ ਦੇ ਨਾਲ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਅਕਾਲੀ ਦਲ ਨੇ ਲੈ ਕੇ ਚੱਲਣਾ ਸ਼ੁਰੂ ਕੀਤਾ ਹਰ ਸਿਮਰਤ ਬਾਦਲ ਹੁਣਾਂ ਨੇ ਬੜੀ ਜ਼ੋਰਦਾਰ ਸਪੀਚ ਦਿੱਤੀ ਪਾਰਲੀਮੈਂਟ ਦੇ ਵਿੱਚ ਉਸਤੇ ਰਿਐਕਟ ਕੀਤਾ ਅਮਿਤ ਸ਼ਾਹ ਹੁਣਾਂ ਨੇ ਬੜੇ ਤਿੱਖੇ ਤਰੀਕੇ ਦੇ ਨਾਲ ਤੁਸੀਂ ਕਿਵੇਂ ਦੇਖ ਰਹੇ ਹੈਗੇ ਉਹ ਕਿਉਂਕਿ ਇਸ ਚੀਜ਼ ਦਾ ਵੀ ਵਿਰੋਧ ਹੋਣ ਲੱਗ ਗਿਆ ਸੋਸ਼ਲ ਮੀਡੀਆ ਤੇ ਕਿ ਅਕਾਲੀ ਦਲ ਹ ਹੁਣ ਜਨਦੀ ਬੰਦੀ ਸਿੰਘਾਂ ਦੀ ਗੱਲ ਬੜੀ ਦੇਰ ਬਾਅਦ ਕਰ ਰਿਹਾ ਉਦੋਂ ਨਹੀਂ ਕੀਤੀ ਜਦੋਂ ਸਰਕਾਰ ਦੇ ਵਿੱਚ ਸੀ ਜਦੋਂ ਐਨਡੀਏ ਦਾ ਹਿੱਸਾ ਸੀਗਾ ਇੱਕ ਮੁੱਦਾ ਖੜਾ ਹੋ ਗਿਆ ਜਥੇਦਾਰ ਕੌਕੇ ਸਾਹਿਬ ਦਾ ਨਾਲ ਦੇਖੋ ਬੰਦੀ ਸਿੱਖਾਂ ਦੀ ਜਿਹੜੀ ਗੱਲ ਹੈ ਇਹ ਦਰਸਲ ਇਹ ਉਦੋਂ ਜ਼ਿਆਦਾ ਕੰਮ ਸ਼ੁਰੂ ਹੋਇਆ ਜਦੋਂ ਮਾਨਜੋਗ ਪ੍ਰਧਾਨ ਮੰਤਰੀ ਜੀ ਨੇ 550 ਸਾਲਾਂ ਤੇ ਗੁਰੂ ਨਾਨਕ ਸਾਹਿਬ ਦੇ ਘਰ ਪਰੂਬ ਦੇ ਉੱਤੇ ਐਲਾਨ ਕੀਤਾ ਸੀ ਉਸ ਵੇਲੇ ਉਹਨਾਂ ਨੇ ਮੇਰੇ ਖਿਆਲ ਲਿਆ ਇੱਕ ਨੋਟੀਫਿਕੇਸ਼ਨ ਵੀ ਸ਼ਾਇਦ ਉਹਨਾਂ ਦੀ ਹੋ ਗਈ ਸੀ ਫੀਸਿਕ ਸਿੰਘ ਦੇ ਮਨ ਚ ਇੱਕ ਸਕੂਨ ਸੀ ਵੀ ਜਿਹੜੇ ਜਿਹੜੇ ਸਿੰਘ ਸਾਡੇ ਅੰਦਰ ਜੇਲਾਂ ਚ ਐ ਉਹਨਾਂ ਦੇ 28 28 ਸਾਲ ਹੋ ਗਏ 33 ਸਾਲ ਹੋ ਗਏ ਐ ਤੇ ਚਲੋ ਭਾਵੇਂ ਕੋਈ ਕਤਲ ਵੀ ਹੋਏ ਸੀ ਸਜ਼ਾ ਵੀ ਹੁੰਦੀ ਐ ਤੇ ਉਹ ਸਜ਼ਾਾਂਵਾਂ ਦੇ ਵਿੱਚੋਂ ਜੇ ਪੂਰੀਆਂ ਕੋਈ ਕਰਜੇ ਦੋ ਦੋ ਗੁਣਾ ਵੀ ਕਰਜੇ ਤਿੰਨ ਤਿੰਨ ਗੁਣਾ ਵੀ ਕਰਜੇ ਫੇਤੇ ਅਕਸਰ ਹੀ ਹਾਈ ਹੋਣੀ ਚਾਹੀਦੀ ਐ ਤੇ ਜੇ ਆਪਾਂ ਜਾਣ ਬੁੱਝ ਕੇ ਵੀ ਫਿਰ ਉਹਨੂੰ ਅੰਦਰ ਰੱਖੀਏ ਤੇ ਪ੍ਰਧਾਨ ਮੰਤਰੀ ਜੀ ਦਾ ਐਲਾਨ ਵੀ ਹੋਇਆ ਹੋਵੇ ਫਿਰ ਵੀ ਨਾ ਛੱਡਿਆ ਜਾਵੇ ਤਾ ਫੇਤੇ ਦੁੱਖ ਲੱਗਦਾ ਹੈ ਅਫਸੋਸ ਹੈ ਇਸ ਕਰਕੇ ਹੁਣ ਇਹਨਾਂ ਨੇ ਜਿਹੜੀ ਬੰਦੀ ਸਿੱਖਾਂ ਦੀ ਗੱਲ ਕੀਤੀ ਹੈ ਪਹਿਲਾਂ ਤੇ ਮੈਂ ਸਮੀ ਦੀ ਕੇਸ ਹੀ ਖਰਾਬ ਕਰ ਲਿਆ ਅੱਛਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪਰਉਂਦਾ ਕਮੇਟੀ ਡੀਸੀ ਇਹਨਾਂ ਨੂੰ ਟਾਈਮ ਮੰਗੇ ਡੀਸੀ ਨੂੰ ਹੁਣ ਪ੍ਰਧਾਨ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਦਾ ਕੰਮ ਧਰਨੇ ਦੇਣਾ ਨਹੀਂ ਹੂੰ ਉਹਨਾਂ ਨੇ ਉੱਥੇ ਸੇਵਾ ਸੰਭਾਲ ਕਰਨੀ ਗੁਰਦੁਆਰਿਆਂ ਦੀ ਸੰਸਥਾਵਾਂ ਦੀ ਸਭ ਕੁਝ ਕਰਨਾ ਆਵਾਜ਼ ਬੁਲੰਦ ਕਰਨੀ ਹੈ ਸਿੱਖਾਂ ਦੀ ਜੇ ਕੋਈ ਗੱਲ ਹੋਵੇ ਤੇ ਹੁਣ ਡੀਸੀ ਦੇ ਦਫ਼ਤਰ ਦੇ ਅੱਗੇ ਧਰਨੇ ਦੇਣਗੇ ਜਾ ਕੇ ਉਹ ਦਿਨ ਸਾਡੀ ਕੁਰਸੀ ਦਾ ਇਮੇਜ ਕੀ ਗਿਆ ਸਾਡੇ ਸਟੇਟਸ ਦਾ ਇਮੇਜ ਕੀ ਗਿਆ ਡੀਸੀ ਟਾਈਮ ਨਾ ਦੇਵੇ ਗਵਰਨਰ ਕੋ ਟਾਈਮ ਮੰਗੋ ਗਵਰਨਰ ਟਾਈਮ ਨਾ ਦੇਵੇ ਮੁੱਖ ਮੰਤਰੀ ਦਿੱਲੀ ਦੇ ਕੋ ਟਾਈਮ ਮੰਗੋ ਉਹ ਟਾਈਮ ਨਾ ਦੇਵੇ ਪ੍ਰਧਾਨ ਮੰਤਰੀ ਤੋਂ ਟਾਈਮ ਮੰਗੋ ਟਾਈਮ ਨਾ ਦੇਵੇ ਅਮਿਸ਼ਾ ਹੋਮ ਮਿਨਿਸਟਰ ਤੋਂ ਟਾਈਮ ਮੰਗੋ ਟਾਈਮ ਨਾ ਮਿਲੇ ਹੁਣ ਇਹ ਦੱਸੋ ਤੁਸੀਂ ਕਿ ਅੱਜ ਸਾਡੀ ਇਹੀ ਤੇ ਗੱਲਾਂ ਦਾ ਰੌਲਾ ਹੈ ਇਹੀ ਮੇਰੇ ਮਨ ਤੇ ਦੁੱਖ ਹੈ ਇਹੀ ਮੇਰੇ ਮਨ ਤੇ ਚੋਟ ਵੱਜਦੀ ਹੈ ਕਿ ਸ਼੍ਰੋਮਣੀ ਗੁਰਦਾਰਾ ਪਰਦਾ ਦਾ ਕਮੇਟੀ ਦਾ ਪ੍ਰਧਾਨ ਇੱਕ ਲਫ਼ਜ਼ ਬੋਲੇ ਤੇ ਕੰਬਣਾ ਚਾਹੀਦਾ ਸੀਗਾ ਸੈਂਟਰ ਕੰਬਣੀ ਚਾਹੀਦੀ ਸੀ ਸਾਰੀ ਸਰਕਾਰ ਕਿ ਸ਼੍ਰੋਮਣੀ ਗੁਰਦਾਰਾ ਪਰੰਧਕ ਕਮੇਟੀ ਦੀ ਆਵਾਜ਼ ਆ ਰਹੀ ਹੈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਆਵਾਜ਼ ਤੇ ਵੀ ਨਹੀਂ ਕੋਈ ਕੰਬਦਾ ਕਿਉਂ ਇਹ ਰਿਜ਼ਲਟ ਕੀ ਹੈ ਕਿਉਂਕਿ ਇਹੀ ਲੋਕਾਂ ਦੇ ਮਨ ਚ ਪੈ ਗਈ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਜੋ ਬਾਦਲ ਕਹੇਗਾ ਉਹੀ ਉੱਥੇ ਹੋਣਾ ਹੈ ਇਹ ਗੱਲ ਜਿਹੜਾ ਲੋਕਾਂ ਦੇ ਮਨਾਂ ਚ ਆ ਗਈ ਹੈ ਨਾ ਇਹ ਪਰਸੈਪਸ਼ਨ ਬਣ ਗਈ ਇਹਨੂੰ ਕਿੱਦਾਂ ਕੱਢਣੀ ਹੈ ਪਹਿਲਾਂ ਇਹ ਕੱਢਣੀ ਪਊਗੀ ਹੁਣ ਬੰਦੀ ਸਿੱਖਾਂ ਵਾਲੀ ਗੱਲ ਜਿਹੜੀ ਐ ਤੁਸੀਂ ਜੇ ਉਥੇ ਗਏ ਹੋ ਸੈਂਟਰ 'ਚ ਤੁਸੀਂ ਬੈਠੇ ਹੋ ਜਾ ਕੇ ਟਾਈਮ ਲਓ ਉਹਨਾਂ ਕੋਲ ਉਹ ਦਿੰਦੇ ਨਹੀਂ ਟਾਈਮ ਦੋਨੋਂ ਐਮਪੀਜ਼ ਟਾਈਮ ਲੈ ਲਓ ਉਹ ਤੇ ਕਹਿੰਦੇ ਸਾਨੂੰ ਨਹੀਂ ਦਿੰਦੇ ਟਾਈਮ ਨਹੀਂ ਦਿੰਦੇ ਤੁਸੀਂ ਬੋਲ ਲਿਆ ਕੋਈ ਗੱਲ ਨਹੀਂ ਉਹਨਾਂ ਨੇ ਆਪਣੀ ਆਵਾਜ਼ ਜਿਹੜੀ ਦਿੱਤੀ ਐ ਹੁਣ ਨਾ ਤੇ ਤੁਹਾਡੀ ਤੁਹਾਡੀ ਆਵਾਜ਼ ਤੇ ਗਈ ਕਿ ਤੁਸੀਂ ਚੱਕੀ ਐ ਹੂੰ ਉਹੀ ਆਵਾਜ਼ ਚੱਕੀ ਸੀ ਰਾਜ ਸਭਾ ਦੇ ਵਿੱਚ ਸਾਨੀ ਸਾਹਿਬ ਨੇ ਹੂੰ ਆਪਣੇ ਵਿਕਰਮਜੀਤ ਸਾਨੀ ਜੀ ਉਨੇ ਵੀ ਚੱਕੀ ਉਹਨੇ ਵੀ ਗੱਲ ਕੀਤੀ ਦੂਜੇ ਵੀ ਗੱਲ ਕਰਦੇ ਆ ਪਰ ਇਹਨਾਂ ਦਾ ਰਿਐਕਸ਼ਨ ਦੇਖੋ ਕੀ ਹੋਇਆ ਹੁਣ ਉਹ ਵੀ ਕੌਮ ਸੱਟ ਵੱਜੀ ਕੌਮ ਕੌਮ ਦੇ ਮਾਨ ਦੇ ਉੱਤੇ ਧਿਆੰਦੀ ਹੈ ਨਾ ਕਿ ਇੱਕਦਮ ਇੰਨਾ ਰਿਐਕਸ਼ਨ ਕਰਨਾ ਉਹ ਵੀ ਲੋਕਾਂ ਨੂੰ ਦੁੱਖदाई ਲੱਗਾ ਕੀ ਲੱਗਦਾ ਇਹ ਨਹੀਂ ਸੀ ਹੋਣਾ ਚਾਹੀਦਾ ਇਹ ਨਹੀਂ ਸੀ ਹੋਣਾ ਚਾਹੀਦਾ ਜੇ ਇਹਨਾਂ ਨੇ ਕਹਿਤੀ ਸੀ ਤੇ ਹੋਮ ਮਿਨਿਸਟਰ ਜੀ ਨੂੰ ਅੰਦਰ ਆਰਾਮ ਨਾਲ ਜਵਾਬ ਦਿੱਤਾ ਜਾ ਸਕਦਾ ਸੀ ਬੈਠ ਸਕਦੇ ਸੀਗੇ ਚੁੱਪ ਵੀ ਰਹਿ ਸਕਦੇ ਸੀ ਉਹ ਤੇ ਉਦੋਂ ਹਾਜ਼ਰ ਨਹੀਂ ਸੀਗੇ ਹਾਂ ਉਹ ਸੰਮੀਨ ਆ ਰਹੀ ਕਿ ਇਹਦੀ ਇਹਨਾਂ ਨੂੰ ਛੱਡਣ ਵਿੱਚ ਕੀ ਤਕਲੀਫ ਹੈ ਜਾਂ ਇਹਨਾਂ ਚ ਕਾਨੂੰਨੀ ਤੌਰ ਤੇ ਕੋਈ ਰੀਚਣ ਜਾਂ ਮਾਨਜੋਗ ਪ੍ਰਧਾਨ ਮੰਤਰੀ ਜੀ ਨੇ ਜੋ ਉੱਥੇ ਬਿਆਨ ਦਿੱਤਾ ਸੀ ਉਦੋਂ ਪਹਿਲਾਂ ਉਦੋਂ ਕਿਉਂ ਦਿੱਤਾ ਸੀਗਾ ਤੇ ਹੁਣ ਕਿਉਂ ਰੁਕਾਵਟ ਹੈ ਸਾਨੂੰ ਆਪ ਨਹੀਂ ਸਮਝ ਆ ਰਹੀ ਬੀਬੀ ਜੀ ਇਹ ਇਹਨੂੰ ਸਮਝਿਆ ਕੀ ਜਾਵੇ ਸ਼ਰਮਨੀ ਅਕਾਲੀ ਦਲ ਭਾਜਪੀ ਤੇ ਸਿੱਖਾਂ ਦਾ ਮੁੱਦਾ ਜਾਂ ਬੰਦੀ ਸਿੱਖਾਂ ਦਾ ਮੁੱਦਾ ਨਾਲ ਦੋਨੋਂ ਚੀਜ਼ਾਂ ਤੁਸੀਂ ਤੁਹਾਡੀ ਗੱਲਬਾਤ ਤੋਂ ਹੀ ਲੱਗਦਾ ਕਿ ਅਮੀਚਾਆਂਿਆ ਪ੍ਰਧਾਨ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਹਰਸ਼ਮਿਰਤ ਬਾਦਲ ਨੂੰ ਜਾਂ ਅਕਾਲੀ ਲੀਡਰਸ਼ਿਪ ਨੂੰ ਸਮਾਂ ਹੀ ਨਹੀਂ ਦਿੰਦੇ ਮਿਲੰਦਾ ਇਹਨਾਂ ਨੂੰ ਉਨੀ ਇੰਪੋਰਟੈਂਸ ਨਹੀਂ ਦਿੰਦੇ ਦੂਸਰੇ ਦਿਨ ਪ੍ਰਧਾਨ ਮੰਤਰੀ ਖੁਦ ਵੀਰਬਾਲ ਦਿਵਸ ਮਨਾਉਂਦੇ ਨੇ ਸਾਬਜਾਦਿਆਂ ਦੀ ਸ਼ਹਾਦਤ ਦਾ ਦਿਹਾੜਾ ਮਨਾਉਂਦੇ ਨੇ ਕੀ ਮਤਲਬ ਹੈਗਾ ਸਿੱਖਾਂ ਨੂੰ ਮੈਸੇਜ ਦੇ ਰਹੇ ਨੇ ਪਰ ਅਕਾਲੀ ਦਲ ਨੂੰ ਜਾਂ ਅਕਾਲੀ ਲੀਡਰਸ਼ਿਪ ਨੂੰ ਇੰਪੋਰਟੈਂਸ ਨਹੀਂ ਦੇ ਰਹੇ ਦੇਖੋ ਜੇ ਉਹਨਾਂ ਨੇ ਮਨਾਇਆ ਦਿੱਲੀ ਸੇ ਗੁਰਦਾਰਾ ਪਰੁੰਨ ਦਾ ਕਮੇਟੀ ਰਾਈ ਮਨਾਉਂਦੇ ਹੁੰਦੇ ਆ ਜ ਹਰ ਸਟੇਟਾਂ ਵਿੱਚ ਬਣਾਉਂਦੇ ਆ ਚੰਗੀ ਗੱਲ ਹੈ ਮੈਂ ਨਹੀਂ ਇਸ ਗੱਲ ਨੂੰ ਕਹਿੰਦੀ ਹਰ ਇੱਕ ਦਾ ਫਰਜ਼ ਬੰਦ ਹੈ ਹਰ ਇੱਕ ਦਾ ਇੱਕ ਅਧਿਕਾਰ ਹੈ ਕਿ ਆਪਣੇ ਮਹਾਨ ਸ਼ਹੀਦਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਪੇਂਟ ਕਰੀਏ ਜੀ ਬਹੁਤ ਅੱਛੀ ਗੱਲ ਹੈ ਜੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕੀਤੇ ਤੇ ਬਹੁਤ ਚੰਗੀ ਗੱਲ ਹੈ ਇਹ ਨਾਲ ਚੰਗਾ ਸੁਨੇਹਾ ਵੀ ਜਾਂਦਾ ਚੰਗਾ ਪ੍ਰਚਾਰ ਵੀ ਜਾਂਦਾ ਹੈ ਪਰ ਮੈਂ ਇਹ ਸਮਝਦੀ ਆ ਕਿ ਸਾਡੀਆਂ ਇਸ ਵੇਲੇ ਸਾਡੀਆਂ ਸੰਸਥਾਵਾਂ ਦੀਆਂ ਪਦਵੀਆਂ ਦੀ ਵੈਲਿਊ ਕੀ ਰਹਿ ਗਈ ਹੈ ਇਹਦੇ ਨਾਲ ਸਾਡੀਆਂ ਦੋਨੋਂ ਸੰਸਥਾਵਾਂ ਦੀ ਵੈਲਿਊ ਜਿਹੜੀ ਹੈ ਉਹ ਅੱਗੇ ਨਾਲੋਂ ਕਮਜ਼ੋਰ ਨਜ਼ਰ ਆਂਦੀ ਹੈ ਕਿਤੇ ਤਕੜੀ ਨਹੀਂ ਨਜ਼ਰ ਆਉਂਦੀ ਬਸ ਅੰਦਰ ਹਰ ਇੱਕ ਸਿੱਖ ਦੇ ਅੰਦਰ ਚ ਇਹ ਦਰਦ ਹੋਣਾ ਚਾਹੀਦਾ ਹੈ ਹਰ ਅਕਾਲੀ ਦਲ ਨਾਲ ਪਿਆਰ ਕਰਨ ਵਾਲੇ ਦੇ ਅੰਦਰ ਚ ਦਰਦ ਹੋਣਾ ਚਾਹੀਦਾ ਹੈ ਮੇਰੇ ਅੰਦਰ ਚ ਦਰਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਿਤੇ ਬੜਕ ਮਾਰਦਾ ਸੀ ਨਾ ਤੇ ਦੁਨੀਆ ਉਸੋ ਕਮੰਦੀ ਸੀ ਹਮ ਅੱਜ ਸ਼੍ਰੋਮਣੀ ਕਾਲ ਤਲ ਦੇ ਪ੍ਰਧਾਨ ਦੀ ਜੇ ਇਹ ਹਾਲਤ ਹੋਵੇ ਜਿੱਥੇ ਉਹਨਾਂ ਨੇ ਲਗਾਤਾਰ ਐ ਐਮਪੀ ਰਹੇ ਹੋਣ ਮਨਿਸਟਰ ਰਹੇ ਹੋਣ ਲਗਾਤਾਰ 30 ਸਾਲ ਦੀ ਸਾਂਝ ਹੋਵੇ ਤੇ ਅੱਜ ਉਹਨਾਂ ਦੇ ਵਿੱਚ ਸਮਾਂ ਵੀ ਉਹਨਾਂ ਮਿਲ ਨੂੰ ਦੇਣ ਫਿਰ ਇਹ ਚ ਸਾਡੀ ਕੀ ਬੜਪਣ ਹੈ ਕਿ ਕਮਜ਼ੋਰੀ ਹੈ ਦੋ ਚੀਜ਼ਾਂ ਇਕੱਠੀਆਂ ਚੱਲ ਰਹੀਆਂ ਨੇ ਅਕਾਲੀ ਦਲ ਤੇ ਬੀਜੇਪੀ ਦੇ ਦਰਮਿਆਨ ਚਰਚਾਵਾਂ ਨੇ ਕਿ ਅਕਾਲੀ ਦਲ ਤੇ ਬੀਜੇਪੀ ਦਾ ਦੁਬਾਰਾ ਗੱਠ ਜੋੜ ਹੋ ਰਿਹਾ ਕੁਝ ਸਮੇਂ ਦੇ ਵਿੱਚ ਇਹ ਘਟੜੋੜ ਹੋ ਜਾਏਗਾ। ਔਰ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਕਿਤੇ ਸਪੀਚ ਦੇ ਵਿੱਚ ਇਹ ਬੋਲਦੇ ਨੇ ਕਿ ਜਿਹੜੀ ਕੇਂਦਰ ਹੈਗਾ ਵਾ ਉਹ ਸਾਡੀਆਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰ ਰਿਹਾ ਹੈਗਾ। ਸਾਡੀ ਗੁਰਦੁਆਰਾ ਕਮੇਟੀਆਂ ਨੂੰ ਤੋੜਿਆ ਜਾ ਰਿਹਾ ਹੈ, ਕਮਜ਼ੋਰ ਕੀਤਾ ਜਾ ਰਿਹਾ ਹੈ। ਉਹ ਮਿਸਾਲ ਦਿੰਦੇ ਨੇ ਹਰਿਆਣੇ ਦੀ ਜਾਂ ਮਿਸਾਲ ਦਿੰਦੇ ਨੇ ਦਿੱਲੀ ਦੀ। ਜਦੋਂ ਹਰਿਆਣੇ ਦੀ ਕਮੇਟੀ ਬਣੀ ਹੈ। ਡਟ ਕੇ ਮੈਂ ਉਹਦਾ ਵਿਰੋਧ ਵੀ ਕੀਤਾ, ਉਹਦੇ ਮੈਂ ਬਿਆਨ ਵੀ ਦਿੱਤੇ। ਔਰ ਇਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਜਦੋਂ ਪਹਿਲੀ ਵਾਰ ਦਾਦੂਵਾਲ ਸਾਹਿਬ ਪ੍ਰਧਾਨ ਬਣੇ ਸੀ ਨਾ ਹੂੰ ਉਸ ਵੇਲੇ ਦਾਦੂਵਾਲ ਸਾਹਿਬ ਕਬਜ਼ਾ ਲੈਣ ਆਏ ਸੀ ਹੂੰ ਤੇ ਕੁਰਕ ਖੇਤਰ ਪੂਰਾ ਇੱਕ ਹਫਤਾ ਤੁਹਾਡੀ ਸੇਵਾਦਾਰ ਜਗੀਰ ਕੌਰ ਸਾਰੇ ਜਥੇ ਤਰ ਨੂੰ ਲੈ ਕੇ ਉੱਥੇ ਬੈਠੀ ਰਹੀ ਉੱਥੇ ਬੰਦੂਕਾਂ ਤੱਕ ਲੈ ਕੇ ਆ ਗਏ, ਗ਼ਰਪਾਨਾ ਲੈ ਕੇ ਆ ਗਏ, ਪੁਲਿਸ ਨੇ ਘੇਰਾ ਪਾਇਆ ਹੋਇਆ ਸੀ। ਜੋਰ ਲਾ ਕੇ ਮਰਗੇ, ਮੈਂ ਉੱਥੇ ਕੀਰਤਨ ਲਗਾਤਾ ਸਾਰਾ ਸਾਰਾ ਦਿਨ ਕਰਾਉਣਾ ਸ਼ੁਰੂ ਕਰਤਾ, ਟਾਢੀ ਲਾ ਦਿੱਤੇ, ਪ੍ਰਚਾਰਕ ਲਾਤੇ, ਸੰਗਤਾਂ ਬੁਲਾ ਲਈਆਂ। ਲੇਕਿਨ ਦਾਦੂਵਾਲ ਬਾਹਰ ਬੈਠਾ ਰਿਹਾ। ਇਹਨਾਂ ਨੇ ਡਿਊਟੀ ਤੱਕ ਆ ਕੇ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ, ਅੰਦਰ ਨਹੀਂ ਸੀ ਵੜਨ ਦਿੱਤੇ। ਹੂੰ। ਤੁਸੀਂ ਹੈਰਾਨ ਹੋਵੋਗੇ ਇਸ ਗੱਲ ਦੇ ਉੱਤੇ। ਅੰਦਰ ਨਹੀਂ ਸੀ ਮੈਂ ਵੜਨ ਦਿੱਤੇ। ਅਸੀਂ ਬੈਠੇ ਰਹੇ ਉੱਥੇ। ਅਸ ਕਸ਼ੇਦੀਆਂ ਪਾ ਜਾਗੇ ਅਸੀਂ ਗੁਰਦੁਆਰੇ ਚ ਇੰਦਾ ਐਂਟਰ ਨਹੀਂ ਕਰਨ ਦੇਣਾ ਕਿਉਂਕਿ ਗਲਤ ਪ੍ਰੋਸੀਜਰ ਅਪਣਾ ਰਹੇ ਆ ਇਹ ਸਾਡਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰੇ ਹੈ ਸਾਡੀ 1925 ਦੇ ਐਕਟ ਵਿੱਚ ਇਹਨਾਂ ਗੁਰਦੁਆਰਿਆਂ ਦਾ ਨਾਂ ਤੇ ਡੀ ਨੋਟੀਫਿਕੇਸ਼ਨ ਹੋਈ ਹੈ ਨਾ ਸਾਡੇ ਗੁਰਦੁਆਰਿਆਂ ਦੇ ਵਿੱਚ ਕੋਈ ਐਂਟਰ ਕਰ ਸਕਦਾ ਉਤੋਂ ਬਾਅਦ ਇਸ ਵਾਰੀ ਬੋਲੋ ਦੱਸੋ ਪ੍ਰਧਾਨ ਬੋਲਿਆ ਦੱਸੋ ਸ਼ੋਮਨੀ ਕਲਦਲ ਦਾ ਪ੍ਰਧਾਨ ਬੋਲਿਆ ਇਹਨਾਂ ਨੇ ਥਾਰੀ ਚ ਪ੍ਰੋਸ ਕੇ ਉਹਨਾਂ ਨੂੰ ਗੁਰਦੁਆਰਿਆਂ ਦੀਆਂ ਸਾਰੀਆਂ ਚਾਬੀਆਂ ਦੇ ਦਿੱਤੀਆਂ ਸਾਰੀ ਇੰਸਟੀਚਿਊਸ਼ਨ ਦੀਆਂ ਚਾਬੀਆਂ ਦੇ ਦਿੱਤੀਆਂ ਮੈਂ ਸਗਾ ਕਿਹਾ ਕਿ ਪ੍ਰਧਾਨ ਜੀ ਨੂੰ ਮੇਰੀ ਬੇਨਤੀ ਹੈ ਕਿ ਸਾਨੂੰ ਆਵਾਜ਼ ਮਾਰੋ ਉੱਥੇ ਇਕੱਠੇ ਹੋ ਕੇ ਜਾਈਏ ਕਿਸੇ ਨੂੰ ਉੱਥੇ ਐਂਟਰ ਨਾ ਕਰਨ ਦਿਓ ਕਿਉਂਕਿ ਸਾਡੇ ਗੁਰਦੁਆਰੇ ਡੀ ਨੋਟੀਫਾਈ ਨਹੀਂ ਹੋਏ ਸਾਡੀ ਸੰਸਥਾ ਅੱਜ ਅੱਜ ਵੀ ਤੁਸੀਂ ਦੇਖੋ ਇਲੈਕਸ਼ਨ ਦੇ ਜਿਹੜੇ ਆ ਰਹੀ ਹੈ ਨਾ ਜੀ ਰਿਪੋਰਟ ਉਹਦੇ ਵਿੱਚ ਹਰਿਆਣਾ ਦੇ ਗੁਰਦੁਆਰਿਆਂ ਦੀ ਚੋਣ ਦਾ ਵੀ ਵਿੱਚ ਆਂਦਾ ਹੈ ਉਹ ਉਹ ਜਿਹੜੀ ਸਾਡੀਆਂ ਹੈਗੀਆਂ ਨਾ ਜੀ ਕਨਸਟੀਟਿਊਸ਼ਨ ਕੌਨ ਸਿਚੁਏਨਸੀਸ ਉਹ ਵਿੱਚ ਦਰਜ ਨੇ ਹੁਣ ਤੁਸੀਂ ਦੱਸੋ ਕਿ ਇਹਨਾਂ ਨੇ ਜਿਹੜੀ ਪਾਈ ਸੀ ਉਦੋਂ ਹਰਪ੍ਰੀਤ ਸਿੰਘ ਜੀ ਮਸਾਣਾ ਵੱਲੋਂ ਮੈਂ ਹੀ ਉੱਥੇ ਅਸੀਂ ਪਾਈ ਸੀ ਉੱਥੇ ਜਦੋਂ ਸਾਡੇ ਉੱਤੇ ਆਉਂਦੇ ਸੀ ਨਾ ਤੇ ਅਸੀਂ ਸਟੇ ਲੈ ਲਿਆ ਸੀਗਾ ਉਦੋਂ ਮੈਂ ਉੱਥੇ ਹੀ ਸੀ ਜਿੱਦਣ ਸਟੇ ਹੋਇਆ ਅਸੀਂ ਕਰਾ ਕੇ ਰਾਤੋ-ਰਾਤ ਸਟੇ ਕਰਾਇਆ ਹੁਣ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਪਾਇਆ ਵੀ ਇਹ ਐਕਟ ਗਲਤ ਬਣਾਇਆ ਚਲੋ ਉਸ ਵੇਲੇ ਤੇ ਕੋਰਟ ਦੇ ਦਿੰਦੀ ਹੈ ਸਟੇ ਐਕਟ ਗਲਤ ਉਹਨਾਂ ਨੇ ਕਹਿ ਦਿੱਤਾ ਕਿ ਕੋਈ ਵੀ ਸਰਕਾਰ ਆਪਣੇ ਆਪਣੇ ਸਟੇਟ ਵਿੱਚ ਗੁਰਦੁਆਰਿਆਂ ਦਾ ਐਕਟ ਬਣਾ ਸਕਦੀ ਹੈ ਇਹ ਸੀ ਨਾ ਜੀ ਪਰ ਉਹਨਾਂ ਦੇ ਸੁਪਰੀਮ ਕੋਰਟ ਦੇ ਵਿੱਚ ਕੈਸਾ ਪ੍ਰੈਸ਼ਰ ਪਿਆ ਜਾਂ ਕਿਦਾਂ ਸਰਕਾਰ ਨੇ ਉਤੋਂ ਦਖਲਅੰਦਾਜ਼ੀ ਕੀਤੀ ਉਹ ਉਹਨਾਂ ਦੇ ਇਹਨਾਂ ਨੇ ਉਹਨਾਂ ਦੇ ਹੱਕ 'ਚ ਕਰਤਾ ਵੀ ਬਣਾ ਸਕਦੀ ਹੈ ਹੁਣ ਐਕਟ ਤੇ ਬਣਾ ਸਕਦੀ ਹੈ ਪਰ ਦੂਜੇ ਐਕਟ ਨੂੰ ਜੇ ਡੀ ਨੋਟੀਫਾਈ ਨਹੀਂ ਕੀਤਾ ਜਾਂਦਾ ਤਾਂ ਸਾਡੇ ਗੁਰਦੁਆਰੇ ਨੂੰ ਕਿਉਂ ਸਮਝ ਸਕਦੀ ਹੈ ਹਮ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ 11 ਮੈਂਬਰ ਉੱਥੇ ਚੁਣ ਕੇ ਆਏ ਨਾ ਉਹੀ ਸੇਵਾ ਸੰਭਾਲ ਕਰ ਰਹੇ ਸੀ ਉੱਥੇ ਦੀ ਲੋਕਲ ਕਮੇਟੀਆਂ ਵੀ ਉਹਨਾਂ ਦੀਆਂ ਸੀ ਮੈਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੀ ਹਾਂ ਔਰ ਮੈਂ ਉਸ ਵਾਸਤੇ ਲੜਨ ਨੂੰ ਵੀ ਤਿਆਰ ਹਾਂ ਔਰ ਮੈਂ ਸਮਝਦੀ ਹਾਂ ਕਿ ਜੀ ਰਿਵਿਊ ਪਟੀਸ਼ਨ ਇਹਨਾਂ ਨੇ ਪਤਾ ਨਹੀਂ ਕਿੱਦਾਂ ਪਾਈ ਕਿ ਜਿਹੜੀ ਖਾਰਜ ਹੋ ਗਈ ਜਾਂ ਤੇ ਕਿਸੇ ਦਾ ਪੋਲਿਟੀਕਲ ਪ੍ਰੈਸ਼ਰ ਪੈ ਰਿਹਾ ਜਾਂ ਜਿਹੜੀਆਂ ਇਹਨਾਂ ਨੂੰ ਕਿਸੇ ਕੰਨ ਦੀ ਹੋ ਰਹੀ ਹੈ ਉਹ ਹਰ ਸਿੱਖ ਦੇ ਅੰਦਰ ਦਰਦ ਹੈ ਮੇਰਾ ਸਵਾਲ ਅੱਜ ਵੀ ਇਸ ਗੱਲ ਦੇ ਉੱਤੇ ਹੈ ਕਿ ਇਹ ਕਹਿੰਦੇ ਜੀ ਉੱਥੇ ਕਬਜੇ ਕਿੱਦਾਂ ਕਰ ਜਾਣਗੇ ਜੀ ਉਹ ਜੇ ਉਹ ਕਰ ਜਾਣਗੇ ਤਾਂ ਜੇ ਤੁਸੀਂ ਇੱਥੇ ਕਮਜ਼ੋਰ ਹੋਵੋਗੇ ਹੂੰ ਮੈਂ ਤਾਂ ਤੁਹਾਨੂੰ ਇੱਕ ਉਦਾਹਰਨ ਦਿੱਤੀ ਹੈ ਕਿ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉੱਥੇ ਮੁਲਾਜ਼ਮ ਟੈਲੀਫੋਨ ਕਰਦੇ ਹੋਣ ਕਿ ਧਾਮੀ ਸਾਹਿਬ ਇੱਥੇ ਆਓ ਉਹ ਸਾਡੇ ਤੇ ਪ੍ਰੈਸ਼ਰ ਪਾ ਰਿਹਾ ਤੇ ਕਿਤੇ ਹੋਰਾਂ ਚ ਹੁਣ ਕਰਨਾ ਕੀ ਹੈ ਇਨੇ ਉਥੇ ਜਾ ਕੇ ਮੁਲਾਜ਼ਮਾਂ ਦੀ ਸੁਣੀ ਨਹੀਂ ਮੈਨੇਜਰਾਂ ਦੀ ਸੁਣੀ ਨਹੀਂ ਉਥੇ ਪਹੁੰਚੇ ਨਹੀਂ ਤੇ ਮੁਲਾਜ਼ਮਾਂ ਕੋਲ ਆ ਕੇ ਉਹਨਾਂ ਨੇ ਇੱਕ ਬੰਦਾ ਹੀ ਆ ਕੇ ਦਸੋ ਉਥੇ ਗੋਲ ਕਾ ਖੋਲਵੇ ਇੱਕ ਬੰਦਾ ਹੀ ਆ ਕੇ ਉਥੇ ਸਾਰੀਆਂ ਚਾਬੀਆਂ ਖੋਲਵੇ ਘਰਾਨੀ ਦੀ ਗੱਲ ਐ ਐਡੀ ਸੰਸਤਾ ਇੰਨੇ ਸਾਡੇ ਵਰਕਰ ਜੇ ਸ਼੍ਰੋਮਣੀ ਕਾਦੀ ਦਲ ਦਾ ਪ੍ਰਧਾਨ ਅੱਜ ਆਪਣੇ ਇੰਨੇ ਕੋਈ ਗੁਰਦੁਆਰਿਆਂ ਵਾਸਤੇ ਜਿਹੜੇ ਕਿ ਸਾਡੇ ਕੋਲ ਐ ਉਹ ਨਹੀਂ ਬਚਾ ਸਕਿਆ ਜੇ ਜਦੋਂ ਨਨਕਾਣਾ ਸਾਹਿਬ ਦੇ ਸਾਕੇ ਗਦੇ ਗੀਤ ਗਾਉਨੇ ਹੈ ਗੁਰੂ ਕੇ ਬਾਗ ਦੀਆਂ ਗੱਲਾਂ ਕਰਦੇ ਹੈ ਜਾਂ ਤਰਨਤਾਰ ਦੇ ਗੁਰਦੁਆਰੇ ਦੇ ਆਜ਼ਾਦ ਕਰਾਉਣ ਦੀਆਂ ਗੱਲਾਂ ਕਰਦੇ ਹੋ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦੀਆਂ ਗੱਲਾਂ ਕਰਦੇ ਹੋ ਤੇ ਉਹ ਇਤਿਹਾਸ ਤੋਂ ਭੁੱਲ ਗਏ ਹੂੰ ਉਦੋਂ ਤੇ ਅਸੀਂ ਲੀਰੋ ਲੀਰ ਹੋ ਗਏ ਸਿੱਖ ਤੇ ਅੱਜ ਅਸੀਂ ਸਾਰਾ ਕੁਝ ਛੱਡ ਕੇ ਬੈਠ ਗਏ ਕਿੱਦਾਂ ਅਸੀਂ ਰਾਖੀ ਕਰਾਂਗੇ ਆਪਣੇ ਗੁਰਦੁਆਰਿਆਂ ਦੀ ਕਿੱਦਾਂ ਗੁਰਤਾਮਾ ਦੀ ਰਾਖੀ ਕਰਾਂਗੇ ਤੇ ਕਹਿੰਨੇ ਆਪਾਂ ਕਿਸੇ ਨੂੰ ਅ ਕਮਜ਼ੋਰ ਅਸੀਂ ਹੋਏ ਪਏ ਤਾਕਤ ਸਾਡੇ ਵਿੱਚ ਨਹੀਂ ਰਹੀ ਇੱਕ ਤਾਂ ਸਾਡੇ ਵਿੱਚ ਨਹੀਂ ਰਹੀ ਕੌਮ ਅਸੀਂ ਸਾਰੀ ਦੁਖੀ ਕਰ ਲਈ ਕੌਮ ਉਸੇ ਸਾਰੇ ਨਾਰਾਜ਼ ਕਰਨ ਲਈ ਤੇ ਕਿੱਦਾਂ ਸਾਰਾ ਹੱਲ ਹੋਏਗਾ ਬਸ ਮੇਰੀਆਂ ਤੇ ਇਹੀ ਗੱਲਾਂ ਨੇ ਹਾਂ ਆਖਰੀ ਸਵਾਲ ਤੁਹਾਨੂੰ ਜਦੋਂ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਨਾਲ ਤੇ ਤੁਹਾਡੀ ਗੱਲਬਾਤ ਜਿਹੜੀ ਇੱਕ ਵਾਰੀ ਫੋਨ ਤੇ ਹੋ ਗਈ ਆਖਰ ਦੇ ਵਿੱਚ ਇਹ ਦੱਸੋ ਹੁਣ ਜੇ ਬੀਬੀ ਜਗੀਰ ਕੌਰ ਹੁਣਾਂ ਨੇ ਵਾਪਸ ਜਾਣਾ ਹੋਵੇ ਤੇ ਕੀ ਤੁਹਾਡਾ ਝੁੰਦਾ ਕਮੇਟੀ ਦੀ ਰਿਪੋਰਟ ਤੇ ਸਟੈਂਡ ਉਹੀ ਹੋਏਗਾ ਕਿ ਪ੍ਰਧਾਨ ਬਦਲਿਆ ਜਾਣਾ ਚਾਹੀਦਾ ਜਾਂ ਲੀਡਰਸ਼ਿਪ 'ਚ ਬਦਲਾਅ ਹੋਣੀ ਚਾਹੀਦੀ ਹੈ ਇਹਨਾਂ ਸ਼ਰਤਾਂ ਤੇ ਜਾਂ ਚੁੰਦਾ ਕਮੇਟੀ ਦੀ ਰਿਪੋਰਟ ਦੀ ਸਿਫਾਰਿਸ਼ ਨੂੰ ਲੈ ਕੇ ਵਾਪਸ ਸੀ ਕਰੋਗੇ ਜਾਂ ਮੈਂ ਚੁੰਦਾ ਕਮੇਟੀ ਕਰਕੇ ਨਹੀਂ ਬਾਰਾਏ ਮੈਂ ਚੁੰਦਾ ਕਮੇਟੀ ਕਰਕੇ ਨਹੀਂ ਉੱਥੇ ਸਜਾ ਦਿੱਤੇ ਸੀ ਜੀ ਉਹ ਸਾਰਿਆਂ ਨੇ ਦਿੱਤੇ ਸੀ ਅਸੀਂ ਇਕੱਠਿਆਂ ਨਹੀਂ ਸਾਰੇ 8-10 ਲੀਡਰ ਜਾ ਕੇ ਜਿਹੜੇ ਸੀਨੀਅਰ ਸੀ ਸਾਰਿਆਂ ਨੇ ਪਾਲ ਸਾਹਿਬ ਨੂੰ ਕਿਹਾ ਸੀ ਪਾਲ ਸਾਹਿਬ ਇਹ ਕੌਮ ਦੀ ਆਵਾਜ਼ ਆਈ ਹੈ ਇਹ ਪੰਜਾਬ ਦੇ ਵਰਕਰਾਂ ਦੀ ਆਵਾਜ਼ ਆਈ ਹੈ ਆਪਾਂ ਇੱਕ ਵਾਰੀ ਇਹਨੂੰ ਹੱਲ ਕਰ ਲਈਏ ਹਮ ਨਹੀਂ ਮੰਨੇ ਕੋਈ ਗੱਲ ਹੀ ਕੀ ਕਰ ਸਕਦੇ ਸੀ ਅਸੀਂ ਫਿਰ ਅਸੀਂ ਤੇ ਫਿਰ ਉਹਨਾਂ ਕਹਿ ਹੀ ਸਕਦੇ ਸੀ ਨਾ ਜੀ ਉਸ ਤੋਂ ਬਾਅਦ ਮੇਰੀ ਤੇ ਉਹਨਾਂ ਨੇ ਪਾਰਟੀ 'ਚ ਬਰਖਾਸਤ ਗਈ ਜਾਂ ਕੱਢਣਾ ਉਹ ਕੀਤਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੇਟ ਦੇ ਕੰਮ ਕਰਕੇ ਹਮ ਮੈਂ ਇਹ ਕਹਿੰਨੀ ਐ ਕਿ ਉਹ ਕੀ ਕਰਦੇ ਮੈਨੂੰ ਨਹੀਂ ਪਤਾ ਮੈਂ ਨਹੀਂ ਕਹਿੰਦੀ ਮੇਰਾ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਕੈਨਸਲ ਕਰੋ ਰੱਦ ਕਰੋ ਮੈਂ ਥੋੜੋ ਕਹਿਣਾ ਇਹ ਤੇ ਉਹਨਾਂ ਦੇਖਣਾ ਮੈਂ ਕਹਿੰਨੀ ਐ ਕਿ ਮੈਂ ਪਾਰਟੀ ਦੀ ਐ ਮੈਂ ਪਾਰਟੀ 'ਚ ਕੰਮ ਕਰ ਰਹੀ ਐ ਮੈਂ ਪਾਰਟੀ ਦਾ ਹੀ ਕੰਮ ਕਰ ਰਹੀ ਐ ਜਿੱਥੇ ਜਾਣੀ ਐ ਅੱਜ ਵੀ ਜਿਹੜੀਆਂ ਮੈਂ ਗੱਲਾਂ ਕੀਤੀ ਐ ਪਾਰਟੀ ਲਈ ਕੀਤੀ ਐ ਹਮ ਇਸ ਸੰਸਦ ਲਈ ਕੀਤੀ ਹੈ ਸ਼੍ਰੋਮਣੀ ਕਮੇਟੀ ਲਈ ਕੀਤੀ ਹੈ ਹਦਾਇਤ ਮਰਿਆਦਾ ਲਈ ਕੀਤੀ ਹੈ ਸਦਾਤ ਲਈ ਕੀਤੀ ਹੈ ਮੈਂ ਖਿਲਾਫ ਤੇ ਨਹੀਂ ਬੋਲ ਰਹੀ ਹੂੰ ਜੇ ਮੈਂ ਕਿਸੇ ਪਾਰਟੀ ਚ ਗਈ ਹੋਵਾਂ ਤੇ ਮੈਂ ਛੱਡ ਕੇ ਆ ਜਾ ਜੇ ਮੈਂ ਪਾਰਟੀ ਮੈਂ ਤੇ ਕੀਤਾ ਹੀ ਨਹੀਂ ਮੈਂ ਜਾ ਨਹੀਂ ਸਕਦੀ ਮੇਰਾ ਮੇਰੀ ਸੋਚ ਹੀ ਨਹੀਂ ਉੱਥੇ ਜਾ ਸਕਦੀ ਮੈਨੂੰ ਕਹਿ ਵੀ ਦੇਵੇ ਮੈਂ ਤਾਂ ਵੀ ਨਹੀਂ ਜਾਣਾ ਨੰਬਰ 1 ਨੰਬਰ 2 ਉਹਨਾਂ ਨੇ ਕੀ ਕਰਨਾ ਇਹ ਉਹਨਾਂ ਨੂੰ ਪੁੱਛੋ ਪਰ ਮੈਂ ਜੇ ਉਹ ਰੱਦ ਵੀ ਕਰ ਦਿੰਦੇ ਐ ਜਾਂ ਮੈਨੂੰ ਆ ਕੇ ਮੈਨੂੰ ਵਿਸ਼ਵਾਸ ਵੀ ਦਿਵਾ ਦਿੰਦੇ ਐ ਕਿ ਅਸੀਂ ਜਿੱਦਾਂ ਤੁਸੀਂ ਕਹੋਗੇ ਮੈਂ ਪਰ ਇੱਕ ਤੁਹਾਨੂੰ ਦੱਸ ਦਿੰਨੀ ਐ ਜਦੋਂ ਵੀ ਮੈਂ ਕਿਤੇ ਵੀ ਹੋਵਾਂਗੀ ਇਕੱਲੀ ਹੋਵਾਂ ਤਾਂ ਵੀ ਉਹਨਾਂ ਦੇ ਨਾਲ ਬੈਠੀ ਹੋਵਾਂ ਤਾਂ ਵੀ ਮੈਂ ਆਪਣੇ ਉਹਨਾਂ ਸਰਸਤਾਵਾਂ ਦੇ ਸਿਧਾਂਤਾਂ ਦੀ ਪਹਿਰੇਦਾਰੀ ਤੋਂ ਪਿੱਛੇ ਨਹੀਂ ਹਟਣਾ ਉਹ ਭਾਵੇਂ ਮਹਿਸੂਸ ਕਰਨ ਭਾਵੇਂ ਨਾ ਕਰ ਬਹੁਤ ਬਹੁਤ ਧੰਨਵਾਦ ਬੀਬੀ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਟਾਈਮ ਦਿੱਤਾ ਸ੍ਰੀਮਤੀ ਬੀਬੀ ਜਗੀਰ ਕੌਰ तमाम ਵਿਵਾਦਾਂ ਤੇ ਬੜੀ ਖੁੱਲ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ ਦੈਨਿਕ ਸਵੇਰਾ ਪੋਡਕਾਸਟ ਦੇ ਵਿੱਚ ਫਿਲਹਾਲ ਇਨਾ ਹੀ ਤਿਸ਼ਤੁਨੇ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ ਦੈਨਿਕ ਸਵੇਰਾ ਦੇ ਨਾਲ ਫਿਲਹਾਲ ਦੇ ਲਈ ਧੰਨਵਾਦ